ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ ਨੰਦ ਪ੍ਰੋਗਰਾਮ ਸਾਂਝਾ ਪੰਜਾਬ ਲਾਈਵ ਲੈ ਕੇ ਇੱਕ ਵਾਰੀ ਫੇਰ ਸੰਗਤਾਂ ਦੇ ਰੂਬਰੂ ਹੋ ਗਏ। ਅੱਜ ਜਿਸ ਮੁੱਦੇ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ, ਇਹ ਕੋਈ ਖਾਸ ਨਹੀਂ ਹੈਗਾ, ਇਹ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਹਰੇਕ ਬੰਦੇ ਦੇ ਨਾਲ ਜੁੜ ਕੇ ਲੰਘਦਾ, ਖਹਿ ਕੇ ਲੰਘਦਾ ਕਿ ਜਿਹੜਾ ਕਿ ਰਿਸ਼ਤਿਆਂ ਦੇ ਵਿੱਚ ਤੀਸਰਾ ਪਰਸਨ ਜਿਹੜਾ ਆਪਣੀ ਇਨਵੋਲਵਮੈਂਟ ਦਿੰਦਾ, ਆਪਣੀ ਲੱਤ ਫਸਾਉਂਦਾ। ਚੰਗੀ ਭਲੀ ਗ੍ਰਿਸਤੀ ਜਿਹੜੀ ਹੈਗੀ ਹੈ ਕਿਸੇ ਦੀ ਚੱਲਦੀ ਹੋਵੇ ਅਤੇ ਉਹਦੇ ਵਿੱਚ ਜਿਹੜੀ ਹੈਗਾ ਤੀਜਾ ਪਰਸਨ ਜਿਹੜਾ ਹੈਗਾ ਲੱਤ ਫਸਾ ਕੇ ਉਹਦੀ ਲਾਈਫ ਨੂੰ ਵੀ ਡਿਸਟਰਬ ਕਰਦਾ। ਅੱਜ ਇਸ ਹੀ ਮੁੱਦੇ ਨੂੰ ਲੈ ਕੇ ਇਹ ਗੱਲਬਾਤ ਕਰਾਂਗੇ। ਮੇਰਾ ਸਾਥ ਦੇਣ ਵਾਸਤੇ ਸੁਖਵਿੰਦਰ ਕੌਰ ਜੀ, ਉਹ ਵੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਇੱਕ ਲੇਡੀਜ਼ ਹੀ ਸਭ ਕੁਝ ਚੰਗੀ ਤਰ੍ਹਾਂ ਸਮਝਾ ਸਕਦੀ ਹੈ ਕਿ ਲੇਡੀਜ਼ ਦੇ ਹੱਥ ਘਰ ਦੀ ਬਾਗਡੋਰ ਜਿਹੜੀ ਹੈਗੀ ਹੈ, ਪਰਿਵਾਰ ਨੂੰ ਜੋੜਨਾ, ਪਰਿਵਾਰ ਨੂੰ ਤੋੜਨਾ, ਪਰਿਵਾਰ ਨੂੰ ਇੱਕ ਮਾਲਾ ਦੀ ਤਰ੍ਹਾਂ ਪਰੋ ਕੇ ਰੱਖਣਾ, ਇਹ ਸਾਰਾ ਕੁਛ ਹੀ ਇੱਕ ਲੇਡੀ ਦੇ ਹੱਥ ਹੁੰਦਾ। ਕਿਉਂਕਿ ਆਦਮੀ ਜੇ ਗੱਲ ਕਰੀਏ ਕਿ ਉਸਨੇ ਸਿਰਫ ਉਹਦੇ ਧਿਆਨ ਦੇ ਵਿੱਚ ਜੇ ਗੱਲ ਹੁੰਦੀ ਹੈ ਕਿ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਬਾਹਰ ਕੰਮ ਕਰਕੇ ਆਉਣਾ, ਭਾਵੇਂ ਉਹ ਕੰਮ ਸਹੀ ਹੋਵੇ ਭਾਵੇਂ ਉਹ ਗਲਤ ਹੋਵੇ, ਕਿਸ ਤਰ੍ਹਾਂ ਦਾ ਮਰਜ਼ੀ ਹੋਵੇ, ਪਰ ਉਹਨੂੰ ਸਿਰਫ ਆਪਣਾ ਪਰਿਵਾਰ, ਆਪਣੇ ਬੱਚੇ ਉਹ ਦਿਸਦੇ ਹੁੰਦੇ ਨੇ ਕਿ ਉਹਨਾਂ ਦਾ ਢਿੱਡ ਜਿਹੜਾ ਹੈਗਾ ਕਿਸੇ ਤਰ੍ਹਾਂ ਭਰਨਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਿਸੇ ਕਿਸੇ ਨੂੰ ਹੀ ਸਮਝ ਲੱਗਦੀਆਂ ਨੇ। ਜਦੋਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਮਝ ਉਸ ਲੇਡੀ ਦੇ ਦਿਮਾਗ ਦੇ ਵਿੱਚ ਨਹੀਂ ਪੈਂਦੀਆਂ ਤਾਂ ਉਹ ਝੱਟ ਹੀ ਜਿਹੜਾ ਕਹਿ ਦਿੰਦੇ ਨਾ ਕਿ ਆਮ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਕੰਨਾਂ ਦਾ ਕੱਚਾ ਹੋਣਾ, ਕਿ ਕਿਸੇ ਨੇ ਵੀ ਮਾੜੀ ਜਿਹੀ ਵੀ ਕੰਨ 'ਚ ਫੂਕ ਮਾਰ ਦਿੱਤੀ ਕਿ ਤੇਰਾ ਹਸਬੈਂਡ ਜਿਹੜਾ ਹੈਗਾ ਘਰ ਲੇਟ ਕਿਉਂ ਆਉਂਦਾ, ਤੇਰਾ ਹਸਬੈਂਡ ਜਿਹੜਾ ਹੈਗਾ ਘਰੋਂ ਜਲਦੀ ਕਿਉਂ ਚਲਾ ਜਾਂਦਾ, ਤੇਰਾ ਹਸਬੈਂਡ ਜਿਹੜਾ ਹੈਗਾ ਆ ਪਰਿਵਾਰ ਦੇ ਵਿੱਚ ਬਹਿੰਦਾ ਕਿਉਂ ਨਹੀਂ। ਜਦੋਂ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਹੈਗੀਆਂ ਕਿਸੇ ਲੇਡੀ ਦੇ ਕੰਨਾਂ ਦੇ ਵਿੱਚ ਪਾਉਣੀਆਂ ਸ਼ੁਰੂ ਕਰ ਦਿਓ ਤਾਂ ਲੇਡੀਜ਼ ਆਪਣੇ ਆਪ ਹੀ ਜਿਹੜਾ ਹੈਗਾ ਸ਼ੱਕ ਕਰਨ ਲੱਗ ਪੈਂਦੀ ਹੈ। ਇਹਨੂੰ ਕਹਿੰਦੇ ਨੇ ਤੀਸਰੇ ਬੰਦੇ ਦੀ ਇਨਵੋਲਵਮੈਂਟ ਤੁਹਾਡੀ ਲਾਈਫ ਦੇ ਵਿੱਚ। ਅੱਜ ਇਸੇ ਹੀ ਗੱਲਬਾਤ ਨੂੰ ਅੱਗੇ ਵਧਾਵਾਂਗੇ। ਸੁਖਵਿੰਦਰ ਕੌਰ ਜੀ, ਉਹ ਵੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪਹਿਲਾਂ ਉਹ ਵੀ ਆ ਗਏ ਹੋਏ ਨੇ। ਹਾਂਜੀ ਸੁਖਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਨੇ ਸੁਖਵਿੰਦਰ ਕੌਰ ਜੀ ਆਪਣਾ ਟੌਪਿਕ ਸੁਣਿਆ ਹੀ ਹੈ ਕਿ ਪਰਿਵਾਰ ਦੇ ਵਿੱਚ ਤੀਸਰੇ ਬੰਦੇ ਦੀ ਜਿਹੜੀ ਇਨਵੋਲਵਮੈਂਟ ਜਿਹੜੀ ਹੈਗੀ ਹੈ ਘਰ ਨੂੰ ਬਰਬਾਦ ਕਰ ਦਿੰਦੀ ਹੈ। ਕਿਉਂਕਿ ਜਿੱਥੇ ਕਹਿੰਦੇ ਹੁੰਦੇ ਨਾ, ਪੰਜਾਬੀ ਕਹਿੰਦੇ ਹੁੰਦੇ, ਜਿੱਥੇ ਦੋ ਭਾਂਡੇ ਨੇ ਉਹ ਖੜਕਦੇ ਵੀ ਹੁੰਦੇ ਨੇ, ਪਰ ਉਹਨਾਂ ਨੂੰ ਇੰਨਾ ਕੁ ਨਾ ਖੜਕਾਓ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਹੈ ਬਾਹਰ ਦੇ ਗਵਾਂਢੀ ਤੱਕ ਜਾਵੇ। ਹਾਂਜੀ ਹਾਂਜੀ ਸੁਖਵਿੰਦਰ ਜੀ, ਤੁਹਾਨੂੰ ਆਵਾਜ਼ ਆ ਰਹੀ ਜੀ ਮੇਰੀ? ਹਾਂਜੀ ਰਣਜੀਤ ਜੀ, ਪਹਿਲਾਂ ਤਾਂ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਪਿਆਰ ਭਰੀ। ਹਾਂਜੀ ਆਵਾਜ਼ ਆ ਰਹੀ ਹੈ? ਤੁਸੀਂ ਉਹ ਤਾਂ ਮੈਨੂੰ ਤੁਹਾਨੂੰ ਦੇਖ ਨਹੀਂ ਸਕਦੀ, ਤੇ ਸਾਂਝੇ ਪੰਜਾਬ ਚੈਨਲ ਨੂੰ ਤੇ ਰਣਜੀਤ ਜੀ ਤੁਹਾਨੂੰ ਤੇ ਯੂਟਿਊਬ ਵਾਲਿਆਂ ਨੂੰ ਤੇ ਫੇਸਬੁੱਕ ਵਾਲਿਆਂ, ਜਿੱਥੇ ਤੱਕਰ ਆਪਣੀ ਇਸ ਵੇਲੇ ਜਾ ਰਹੀ ਆ, ਸਾਰਿਆਂ ਪਿਆਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਤੁਸੀਂ ਦੱਸੋ, ਜਿਹੜਾ ਤੁਸੀਂ ਹੁਣ ਟੌਪਿਕ ਰੱਖਿਆ, ਇਹਦੇ ਬਾਰੇ ਕੀ ਪੁੱਛਣਾ ਚਾਹੁੰਦੇ ਮੈਨੂੰ? ਇੱਕ ਲੇਡੀਜ਼ ਹੋਣ ਦੇ ਨਾਤੇ ਤੁਸੀਂ ਵੀ, ਤੁਹਾਨੂੰ ਵੀ ਜ਼ਿੰਦਗੀ ਦਾ ਜਿਹੜਾ ਹੈਗਾ ਐਕਸਪੀਰੀਅੰਸ ਹੈ ਕਿ ਜਦੋਂ ਕਹਿੰਦੇ ਨਾ ਕਿ ਪੰਜਾਬੀ ਦੇ ਕਹਿੰਦੇ ਨਾ ਕਿ ਦੋ ਭਾਂਡੇ ਹੋਣ ਤਾਂ ਉਹ ਖੜਕਦੇ ਤਾਂ ਹੁੰਦੇ ਹੀ ਹੁੰਦੇ ਆ, ਅਤੇ ਉਹਨਾਂ ਦੀ ਜਿਹੜੀ ਹੈਗੀ ਹੈ
ਜਿਹੜੀ ਹੈਗੀ ਖੜਕਣਪਣ ਜਿਹੜਾ ਹੈਗਾ ਆ, ਇਹ ਬਾਹਰ ਜਾਣਾ ਚਾਹੀਦਾ ਹੈਗਾ ਜਾਂ ਬਾਹਰ ਕੱਢਣਾ ਚਾਹੀਦਾ ਹੈਗਾ ਕਿ ਘਰ ਦੇ ਮਸਲੇ ਜਿਹੜੇ ਹੈਗੇ ਨੇ ਘਰ ਦੇ ਵਿੱਚ ਕਰ ਲੈਣੇ ਚਾਹੀਦੇ, ਤੀਸਰੇ ਪਰਸਨ ਦੀ ਜਿਹੜੀ ਹੈਗੀ ਆ ਉਹ ਇਨਵੋਲਵਮੈਂਟ ਜਿਹੜੀ ਆ ਉਹ ਪਰਿਵਾਰ ਦੇ ਵਿੱਚ ਨਹੀਂ ਹੋਣੀ ਚਾਹੀਦੀ। ਜਿਵੇਂ ਕਿ ਆਮ ਕੀ ਕਹਿੰਦੇ ਨੇ ਹਸਬੈਂਡ ਵਾਈਫ ਦੀ ਜਿਹੜੀ ਜੇ ਕਹੀਏ ਕਿ ਲੜਾਈ ਹੁੰਦੀ ਹੋਵੇ ਜਾਂ ਹਸਬੈਂਡ ਬਾਹਰ ਦੱਸੇ ਜਾਂ ਲੇਡੀਜ਼ ਬਾਹਰ ਦੱਸੇ ਅਤੇ ਤੀਸਰਾ ਬੰਦਾ ਜਿਹੜਾ ਹੈਗਾ ਉਹਦੇ ਵਿੱਚ ਇਨਵੋਲਵ ਹੋ ਜਾਵੇ ਅਤੇ ਇਹ ਰਿਸ਼ਤੇ ਜਿਹੜੇ ਹੈਗੇ ਨੇ ਕਿੰਨੀ ਕੁ ਦੂਰ ਤੱਕ ਨਿਭਦੇ ਨੇ। ਫਿਰ ਇਹਦੇ ਬਾਰੇ ਤੁਹਾਨੂੰ ਵੀ ਥੋੜ੍ਹਾ ਬਹੁਤਾ ਐਕਸਪੀਰੀਅੰਸ ਹੋਏਗਾ ਕਿ ਇੱਕ ਲੇਡੀਜ਼ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਨਹੀਂ। ਮੈਂ ਜਿਹੜੀ ਤੁਸੀਂ ਸਟੋਰੀ ਦੱਸੀ ਆ ਲੈਂਬਰ ਸੈਂਪੂਰੀ ਦੀ, ਹਾਂਜੀ, ਵੀ ਇਹ ਬਹੁਤ ਗਲਤ ਆ। ਉਸ ਉਹਦੀ ਵਾਈਫ ਦੀ ਬਹੁਤ ਵੱਡੀ ਗਲਤੀ ਆ, ਬਹੁਤ ਵੱਡੀ ਗਲਤੀ ਆ। ਉਹਨੂੰ ਬੈਠ ਕੇ ਸੋਚਣਾ ਚਾਹੀਦਾ ਸੀ, ਆਪਣੇ ਅੰਦਰ ਬੈਠ ਕੇ ਗੱਲ ਕਰਨੀ ਚਾਹੀਦੀ ਸੀ। ਜਦੋਂ ਦੇਖੋ ਹੁਣ ਮੀਡੀਆ ਦੇ ਵਿੱਚ ਇਹ ਗੱਲ ਚੱਲ ਗਈ ਆ ਤੇ ਉਹ ਕਿੰਨੀ ਬਦਨਾਮੀ ਹੋਈ। ਇੰਨਾ ਮਸ਼ਹੂਰ ਇਨਸਾਨ ਹੋਵੇ, ਕਲਾਕਾਰ ਹੋਵੇ, ਇਕਦਮ ਮਿੱਟੀ ਦੇ ਵਿੱਚ ਇਨਸਾਨ ਰੁਲ ਜਾਏ ਤਾਂ ਉਹ ਬਹੁਤ ਹੀ ਭੈੜਾ ਹੋ ਜਾਂਦਾ ਉਹਦੇ ਤੇ। ਹੁਣ ਦੇਖੋ ਉਹਦੇ ਤੇ ਹਰੇਕ ਉਂਗਲੀ ਚੱਕੂਗਾ, ਉਹਦੀ ਵਾਈਫ ਤੇ ਵੀ। ਕਹਿਣਾ ਉਹਨੂੰ ਅਕਲ ਨਹੀਂ ਸੀ ਕਿ ਉਹਨਾਂ ਕੀਤੀ, ਉਹਨੂੰ ਕਰਨਾ ਨਹੀਂ ਸੀ ਚਾਹੀਦਾ, ਉਹਨੂੰ ਲੰਮੀ ਸੋਚਣੀ ਚਾਹੀਦੀ ਸੀ। ਮੈਂ ਘਰ ਬੈਠ ਕੇ ਆਪਦੇ ਹਸਬੈਂਡ ਨੂੰ ਸਮਝਾਵਾਂ, ਮੈਂ ਲੋਕਾਂ ਤੱਕ ਨਾ ਗੱਲ ਕੱਢਾਂ। ਇੱਕ ਤਾਂ ਰਣਜੀਤ ਜੀ ਇਹ ਬਹੁਤ ਗਲਤੀ ਆ, ਜਿਹੜੇ ਗਾਣੇ ਬਣਾ ਰਹੇ ਆ ਨਾ ਜਿੰਨੇ ਵੀ ਕਲਾਕਾਰ ਆ, ਜੀਜਾ ਹੋਇਆ, ਦੇ ਭਰਜਾਈ ਹੋਏ, ਗੀਤਾਈ ਮਾਮ, ਇਦਾਂ ਦੇ ਗੰਦੇ ਗਾਣੇ ਬਣਾਉਂਦੇ ਆ। ਇਹਦੇ ਤੇ ਮੈਂ ਬੋਲ ਰਹੀ ਹਾਂ ਵੀ ਇਹ ਚੰਗੇ ਗਾਣੇ ਨਹੀਂ ਬਣਦੇ, ਇਹ ਬਣਨੇ ਨਹੀਂ ਚਾਹੀਦੇ। ਤਾਂ ਅਸਰ ਜਦੋਂ ਇਹ ਗਾਣੇ ਤੇ ਅਸਰ, ਇਹ ਵੀਡੀਓ ਦੇਖਦੇ ਸੁਣ ਸੁਣ ਬੱਚੇ ਆ ਜਿਹੜੇ ਦੇਖਦੇ, ਅਸਰ ਬਹੁਤ ਵੱਡਾ ਪੈਂਦਾ। ਇਹ ਬਹੁਤ ਹੀ ਆ, ਇਹ ਕੰਮ ਨਹੀਂ ਹੋਣੇ ਚਾਹੀਦੇ। ਜਿਹੜੀ ਹੁਣ ਉਸ ਔਰਤ ਨੂੰ ਲੱਖ ਰਾਜੀਨਾਮਾ ਇਹਨਾਂ ਦਾ ਹੋ ਗਿਆ, ਪਰ ਉਹ ਗੱਲ ਨਹੀਂ ਬਣਨੀ। ਉਹਨਾਂ ਦਾ ਦੂਸਰਿਆਂ ਦਾ ਘਰ ਖਰਾਬ ਹੋਇਆ, ਨਾਲੇ ਇਹਨਾਂ ਦਾ ਘਰ ਖਰਾਬ ਹੋਇਆ। ਇਹ ਲੰਮੀ ਚਾਹੀਦੀ ਆ। ਮੀਡੀਆ ਦੇ ਵਿੱਚ ਜਦੋਂ ਜਾਂਦੇ ਹਾਂ ਤੁਸੀਂ, ਬਹੁਤ ਹੀ ਭੈੜਾ ਲੱਗਦਾ, ਚੰਗਾ ਦੁਨੀਆਂ ਦਾ ਬਹੁਤ ਅਸਰ ਭੈੜਾ ਪੈਂਦਾ ਆਪਣੀ ਦੇ ਤੇ। ਕੋਈ ਵੀ ਔਰਤ ਹੋਵੇ, ਇਹ ਨੀ ਕਿ ਉਸ ਇਕੱਲੀ ਔਰਤ ਨੂੰ ਮੈਂ ਕਹਿ ਰਹੀ, ਸਾਰੀ ਵਰਲਡ ਦੇ ਵਿੱਚ ਜਿੰਨੇ ਵੀ ਸਾਡੇ ਪਿਆਰੇ ਸੁਣ ਰਹੇ ਆ, ਸਾਰਿਆਂ ਨੂੰ ਇਹ ਗੱਲ ਕਹਿ ਰਹੀ ਹਾਂ। ਇੱਕ ਤਾਂ ਹਸਬੈਂਡ ਵਾਈਫ ਨੂੰ ਇੱਕ ਦੂਜੇ ਤੇ ਸ਼ੱਕ ਨਹੀਂ ਕਰਨੀ ਚਾਹੀਦੀ, ਕਿਸੇ ਦਾ ਲਿਸਨ ਨਹੀਂ ਕਰਨਾ ਚਾਹੀਦਾ। ਤੁਹਾਡੇ ਵਿੱਚ ਆਪ ਚ ਕੋਈ ਘਰ ਚ ਗੱਲਬਾਤ ਆ ਨਾ, ਤੂੰ ਬੈਠ ਕੇ ਉਹਨੂੰ ਸੋਚੋ ਵੀ ਇਹਦਾ ਅਸੀਂ ਕੀ ਅਸਰ ਨਿਕਲਣ, ਇਹਦਾ ਕੀ ਨਤੀਜਾ ਜ਼ਿੰਦਗੀ ਦੇ ਵਿੱਚ ਹੋਊਗਾ। ਜੇ ਅਸੀਂ ਮੀਡੀਆ ਚ ਕੱਢਾਂਗੇ ਤਾਂ ਸਾਡੀ ਕਿੰਨੀ ਬਦਨਾਮੀ ਹੋਊਗੀ। ਇਹ ਗੱਲਾਂ ਬਾਹਰ ਨਹੀਂ ਨਿਕਲਣੀਆਂ ਚਾਹੀਦੀਆਂ, ਘਰ ਦੀਆਂ ਗੱਲਾਂ ਘਰ ਚ ਹੋਣੀਆਂ ਚਾਹੀਦੀਆਂ, ਤੀਸਰੇ ਬੰਦੇ ਦੇ ਕੋਲ ਗੱਲ ਨਹੀਂ ਜਾਣੀ ਚਾਹੀਦੀ। ਚਲੋ ਤੁਸੀਂ ਗੱਲ ਕਰ ਵੀ ਦਿੰਦੇ ਆ, ਉਹਦੀ ਕੋਈ ਗੱਲ ਨਹੀਂ, ਪਰ ਜਦੋਂ ਇਨਸਾਨ ਨੂੰ ਗੱਲ ਉੱਥੇ ਕਰੋ ਜਿੱਥੇ ਤੁਹਾਨੂੰ ਪਤਾ, ਜੇ ਤੇ ਭਰੋਸਾ ਆ ਘਰ ਚ, ਤੁਹਾਡੀ ਸੱਸ ਬੈਠੀ ਆ, ਤੁਹਾਡੀ ਮਾਂ ਬੈਠੀ ਆ, ਤੁਹਾਡੇ ਵਿੱਚ ਚਾਚੀਆਂ ਤਾਈ, ਉਹਨਾਂ ਨੂੰ ਬੈਠ ਕੇ ਸਲਾਹ ਪਹਿਲਾਂ ਕਰੋ ਵੀ ਆਹ ਕੁਛ ਮੇਰੇ ਘਰ ਚ ਹੋਇਆ, ਮੈਂ ਬਾਹਰ ਦੱਸਾਂ ਜਾਂ ਨਾ ਦੱਸਾਂ। ਦੇਖੋ ਮੀਡੀਆ ਦੇ ਵਿੱਚ ਚੱਲ ਗਈ ਕਿੱਡੀ ਗੱਲ ਆ, ਬਿਲਕੁਲ ਹੈ, ਇਹ ਬਹੁਤ ਗਲਤ ਗੱਲਾਂ। ਇਹ ਗੱਲਾਂ ਨਹੀਂ ਬਾਹਰ ਨਿਕਲਣੀਆਂ ਚਾਹੀਦੀਆਂ, ਨਹੀਂ ਗੱਲਾਂ ਇਹ ਹੋਣੀਆਂ ਚਾਹੀਦੀਆਂ। ਇਹ ਗੱਲਾਂ ਨੂੰ ਜਿੰਨਾ ਵੀ ਨਪਾਈ ਜਾਓ, ਜਿੰਨਾ ਵੀ ਸੰਭਾਲਿਆ ਜਾਓ, ਤੇ ਉਹਨਾਂ
ਦੇਖੋ ਆਂਢ ਗਵਾਂਢ ਦਾ ਵੀ ਹਰਦਮ ਅਗਲੇ ਮੂੰਹ ਤੇ ਨਹੀਂ ਕਹਿਣਗੇ ਤਾਂ ਮਗਰੋਂ ਦੱਸਣਗੇ ਨਾ, ਬੇਇੱਜ਼ਤੀ ਤਾਂ ਕਰਨਗੇ ਨਾ ਉਹਨਾਂ ਦੀ। ਬੇਇੱਜ਼ਤੀ ਤੋਂ ਹੁਣ ਉਹਨਾਂ ਨੂੰ ਇਹ ਨਹੀਂ ਸੋਚਿਆ ਵਾਈਫ ਨੇ ਵੀ ਮੈਂ ਬਹੁਤ ਵੱਡੀ ਤਾਂ ਆਪਣੇ ਆਪ ਨੂੰ ਬਲ ਗਈ ਪਰ ਮੈਂ ਗਲਤ ਆ, ਮੈਂ ਕਿਉਂ ਕਿਸੇ ਨੂੰ ਉਦਾਂ ਕਵਾਂ, ਮੈਂ ਤਾਂ ਸੱਚਾਈ ਦੀ ਗੱਲ ਕਰਦੀ ਆ ਵੀ ਇਹ ਗੱਲ ਬਾਹਰ ਨਹੀਂ ਸੀ ਉਹਨੂੰ ਕੱਢਣੀ ਚਾਹੀਦੀ। ਕਿਉਂਕਿ ਇਹ ਜਿਹੜੀ ਪਹਿਲਾਂ ਉਹਦੇ ਹੈਗੀ ਨਾ, ਮੈਂ ਹਸਬੈਂਡ ਤੁਹਾਨੂੰ ਸਟਾਰਟਿੰਗ ਦੀ ਉਹ ਗੱਲ ਦੱਸਦਾ ਕਿ ਜਿੱਥੋਂ ਇਹ ਕੰਮ ਸਾਰਾ ਸਟਾਰਟ ਹੋਇਆ, ਉਸ ਤੋਂ ਬਾਅਦ ਜਿਹੜਾ ਹੈਗਾ ਆ ਇਹ ਹਾਂਜੀ ਇੱਥੋਂ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹੈਗਾ, ਤੁਸੀਂ ਬੜੇ ਹੀ ਪਿਆਰ ਦੇ ਨਾਲ ਦੇਖਣੀ, ਤੇ ਫਿਰ ਉਸ ਤੋਂ ਬਾਅਦ ਫਿਰ ਗੱਲਬਾਤ ਸ਼ੁਰੂ ਕਰਦੇ ਆ ਜੀ। ਵਿਆਹ ਨੂੰ 14 ਸਾਲ ਹੋ ਗਏ ਜੀ, ਬਹੁਤ ਬਰਦਾਸ਼ਤ ਕੀਤਾ। ਲੈਂਬਰ ਹੁਸੈਨਪੁਰੀ ਤੁਹਾਡੇ ਤੇ ਐਲੀਗੇਸ਼ਨ ਲਗਾ ਰਿਹਾ ਹੈ ਕਿ ਤੁਸੀਂ ਉਹਨਾਂ ਦੇ ਘਰ ਆ ਕੇ ਮਾਰ ਕੁਟਾਈ ਕੀਤੀ ਹੈ, ਤੁਸੀਂ ਉਹਦੇ ਬਾਰੇ? ਕੈਮਰਾ ਲੱਗੇ ਨੇ ਸਰ, ਕੈਮਰਾ ਲੱਗੇ ਨੇ ਜੀ, ਕੈਮਰਾ ਲੱਗੇ ਰਿਕਾਰਡਿੰਗ ਚੱਲਦੀ 24/7 ਜੀ, ਕੈਮਰਾ ਲੱਗੇ ਆ ਰਿਕਾਰਡਿੰਗ ਵੀ ਪਈ ਹੈ ਜੀ, ਸਭ ਕੁਝ ਤੁਸੀਂ ਲੇਟਰ ਤੁਸੀਂ ਦੇਖ ਸਕਦੇ ਹੋ ਸਾਰੇ ਜੀ। ਇਹ ਆ ਬੱਚੇ ਕੋਈ ਤੁਸੀਂ ਆ ਦੇਖੋ ਮੇਰੇ ਸਿਰ ਮੇਰੇ ਹੱਥ ਲੱਗ ਗਏ, ਪਾਜੀ ਮੇਰੇ ਡੰਡੇ ਮਾਰੇ ਸਿਰ ਚ, ਤੁਹਾਡਾ ਕੀ ਨਾਮ ਹੈ? ਮੇਰਾ ਮੈਂ ਸਪਨਾ, ਮੇਰਾ ਜੀਜਾ ਲੱਗਦਾ, ਤੁਹਾਡਾ ਵੀ ਜੀਜਾ ਲੱਗਦਾ, ਮੈਂ ਬਿਮਾਰ ਸੀ ਜੀ, ਜਿਹੜੇ ਇਹਨਾਂ ਇਲਾਜ ਕਰਾਉਂਦੇ ਨੂੰ ਹੋ ਗਏ ਜੀ, ਉਹਦਾ ਡੰਡੇ ਮਾਰਦਾ ਜੁੱਤੀਆਂ ਮਾਰਦਾ ਪੈਂਦੇ ਨੇ, ਬੜਿਆ ਨਹੀਂ ਪਿਆ ਮੈਂ ਚੱਲ ਕੇ ਭਾਜੀ ਜਦੋਂ ਚਲੇ ਗਈ ਅੰਦਰ ਜੀ। ਅਸੀਂ ਥੋੜਾ ਜਿਹਾ ਅੰਦਰ ਆ ਜਾਈਏ, ਬਾਰਿਸ਼ ਪੈ ਰਹੀ ਹੈ, ਮਾੜਾ ਜਿਹਾ ਅੰਦਰ ਆ ਜਾਈਏ ਤੇ ਥੋੜਾ ਕੈਮਰਾ ਸਾਡਾ ਖਰਾਬ ਹੋ ਜਾਊ। ਆਓ ਬੱਚਾ ਤੁਸੀਂ ਵੀ ਆਓ, ਆਓ ਆਓ ਹੂੰ ਦੱਸੋ ਮਾਰਦਾ ਸੀ ਭਾਜੀ ਅੰਦਰ। ਬੇਟੀ ਕਿੱਥੇ ਉਹਨਾਂ ਦੇ? ਬੇਟਾ ਇੱਧਰ ਆ, ਤੁਹਾਨੂੰ ਦੱਸ ਕਿ ਲੈਂਬਰ ਹੁਸੈਨਪੁਰੀ ਜਿਹੜੇ ਕਿ ਦਿਓਲ ਨਗਰ 'ਚ ਰਹਿੰਦੇ ਆ, ਉਹਨਾਂ ਤੇ ਐਲੀਗੇਸ਼ਨ ਲੱਗੇ ਆ ਕਿ ਉਹਨਾਂ ਨੇ ਇੱਕ ਆਪਣੇ ਪਰਿਵਾਰ ਦੇ ਵਿੱਚ ਅੱਜ ਮਾਰ ਕੁਟਾਈ ਕੀਤੀ ਹੈ। ਅਸੀਂ ਉਹਨਾਂ ਦਾ ਪੱਖ ਜਿਹੜਾ ਹੈਗਾ ਉਹ ਸਾਡੇ ਕੋਲ ਹੈ, ਅਸੀਂ ਤੁਹਾਨੂੰ ਉਹ ਪੱਖ ਜਿਹੜਾ ਹੈ ਉਸ ਤੋਂ ਬਾਅਦ ਦਿਖਾਉਂਦੇ ਆ, ਫਿਲਹਾਲ ਤੁਹਾਨੂੰ ਦਿਖਾ ਦਈਏ ਕਿ ਉਹਨਾਂ ਦੀ ਬੇਟੀ ਹੈ, ਇਹ ਉਹਨਾਂ ਦਾ ਬੇਟਾ ਵੈ, ਲੈਂਬਰ ਹੁਸੈਨਪੁਰੀ ਦਾ ਬੇਟਾ ਵੈ, ਇਹ ਉਹਨਾਂ ਦੇ ਬੱਚੇ ਹੈ। ਔਰ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਕਿ ਲੈਂਬਰ ਹੁਸੈਨਪੁਰੀ ਦੇ ਹਾਲਾਤ ਜਿਹੜੇ ਕਿ ਉਹਦੇ ਸਿਰ ਲੱਗ ਗਿਆ, ਇਹ ਪੂਰੀ ਫੈਮਿਲੀ ਹੈ, ਉਹਦਾ ਪਰਿਵਾਰ ਹੈ ਲੈਂਬਰ ਹੁਸੈਨਪੁਰੀ ਦਾ, ਆਪਣੇ ਹੀ ਪਰਿਵਾਰ ਦੇ ਲੋਕ ਜਿਹੜੇ ਹੈ ਉਸ ਦੇ ਰੋਗ ਰੋ ਕੇ ਦੁਹਾਈ ਦੇ ਰਿਹਾ ਕਿ ਲੈਂਬਰ ਹੁਸੈਨਪੁਰੀ ਦੇ ਸਤਾਏ ਹੋਏ ਇਹ ਲੋਕ, ਤੇ ਤੁਸੀਂ ਦੇਖ ਸਕਦੇ ਹੋ ਪਰਿਵਾਰਿਕ ਮੈਂਬਰ। ਮਤਲਬ ਕਿ ਵੇਖ ਲਓ ਕਿ ਜੇ ਕਹੀਏ ਕਿ ਗੱਲ ਮੀਡੀਆ ਤੇ ਵੀ ਕਰੀਏ ਕਿ ਮੀਡੀਆ ਵੇਖੋ ਕਿਸ ਤਰ੍ਹਾਂ ਗੱਲਾਂ ਵੱਧ ਚੜ ਕੇ ਜਿਹੜਾ ਹੈਗਾ ਦਿਖਾਇਆ ਜਾ ਰਿਹਾ, ਇੱਕ ਪਰਿਵਾਰ ਦੀ ਜਿਹੜੀ ਹੈਗੀ ਆ ਆਪਸੀ ਜਿਹੜੀ ਹੈਗੀ ਆ ਕੋਈ ਮਨ ਮਿਟਾਵ ਜਿਹੜੇ ਸਨ ਉਹ ਵੇਖ ਲਓ ਜਨਤਾ ਦੇ ਸਾਹਮਣੇ ਕਿਸ ਤਰ੍ਹਾਂ ਲਿਆਂਦੇ ਗਏ। ਮੈਂ ਕਹਿੰਦਾ ਕਿ ਇਹ ਜੇ ਆਪਣੇ ਵੱਲੋਂ ਜੇ ਗੱਲ ਕਰੀਏ ਕਿ ਕਿੱਡੀ ਵੱਡੀ ਬੇਵਕੂਫੀ ਹੈਗੀ ਹੈ ਕਿ ਘਰ ਦੀ ਗੱਲ ਜਿਹੜੀ ਹੈਗੀ ਹੈ ਬਾਹਰ ਕੱਢੀ, ਬਾਹਰ ਕੱਢ ਕੇ ਤਮਾਸ਼ਾ ਲਾਇਆ, ਨਾਲੇ ਲੋਕਾਂ ਨੂੰ ਦਿਖਾਇਆ, ਨਾਲੇ ਆਪਣੀ ਜਿਹੜੀ ਹੈਗੀ ਹੈ ਕਿ ਇਹ ਜਿਹੜਾ ਹੈਗਾ ਮਜ਼ਾਕ ਆਪਣਾ ਵੀ ਉਡਾਇਆ, ਮੁੜ ਕੇ ਫਿਰ ਪੁੱਛੇ ਕਿ ਜਾਂ ਤਾਂ ਹੋਵੇ ਨਾ। ਕਿ ਮੈਂ ਇਹ ਚੀਜ਼ ਕਹਿੰਦਾ ਕਿ ਜੇ ਜਦੋਂ ਇਸ ਤਰ੍ਹਾਂ ਦਾ ਕਦਮ ਚੱਕਿਆ ਜਾਵੇ ਫਿਰ ਤਾਂ ਜਾਂ ਤਾਂ ਫਿਰ ਬੋਲਚਾਲ ਬਿਲਕੁਲ ਖਤਮ ਕਰ ਦਿਓ ਜਦੋਂ ਇਦਾਂ ਦਾ ਕੰਮ ਕਰਨਾ ਹੋਵੇ, ਤੇ ਜਾਂ ਫਿਰ ਜਦੋਂ ਜੱਫੀਆਂ ਪਾਉਣੀਆਂ ਫਿਰ ਜਾ ਕੇ ਫਿਰ ਉਹ ਭਰਾ ਭਾਜੀ ਜੀਜਾ ਜੀ ਫਲਾਣਾ ਜੀ ਢਮਕਾਣਾ ਜੀ ਕਰਨਾ, ਤੇ ਫਿਰ ਦੱਸੋ ਕਿ ਇਹ ਕਰਨ ਦੀ ਕੀ ਜ਼ਰੂਰਤ ਪਈ ਸੀ? ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਵੀ ਵੀਡੀਓ ਦੇਖੀ ਆ? ਹਾਂਜੀ ਮੈਂ ਦੇਖੀ ਆ, ਪਰ ਇਹ ਤਾਂ ਬਹੁਤ ਵੱਡੀ ਗਲਤੀ ਹੈ ਹੁਣ ਉਹਨਾਂ ਦੀ, ਦੁਨੀਆ ਦੇ ਵਿੱਚ ਇੰਨਾ ਸ਼ੋ ਕਰਕੇ ਕਿੱਥੇ ਮੀਡੀਆ ਤੱਕ ਗੱਲਾਂ ਪਹੁੰਚ ਗਈਆਂ। ਉਹ ਪਹਿਲਾਂ ਜੇ ਤੁਸੀਂ ਘਰ ਬੈਠ ਕੇ ਇਸ ਗੱਲ ਨੂੰ ਸਮਝਾ ਲੈਂਦੇ ਤਾਂ ਆ ਪੰਗਾ ਨਾ ਪੈਂਦਾ, ਤੇ ਹੁਣ ਦੇਖੋ ਤੁਸੀਂ ਹੁਣ ਇੱਕ ਫੇਰ ਇੱਕ ਘਰ ਚ ਬੈਠਣ ਲੱਗੇ ਆ। ਜਾਂ ਤਾਂ ਉਹਨਾਂ ਨੂੰ ਪਤਾ ਸੀ ਵੀ ਅਸੀਂ ਮੈਂ ਆਪਦੇ ਹਸਬੈਂਡ ਨੂੰ ਛੱਡ ਦੇਣਾ ਹੈ, ਫੇਰ ਤਾਂ ਮੰਨਦੇ ਵੀ ਤੂੰ ਮੀਡੀਆ ਚ ਗੱਲਾਂ ਕੱਢੀਆਂ ਆਪਦੀ ਬੇਇੱਜ਼ਤੀ ਕਰਾ ਲਈ, ਤੇ ਜੇ ਹੁਣ ਮੀਡੀਆ ਦੇ ਵਿੱਚ ਕੱਢ ਕੇ ਮੁੜ ਕੇ ਤੁਸੀਂ ਜੱਫੀਆਂ ਪਾ ਰਹੇ ਉਹ ਗੱਲ ਤਾਂ ਇਹਨਾਂ ਦੀ ਬਣਨੀ ਨੀ। ਇਹ ਦੇਖ ਲਈ ਰਣਜੀਤ ਜੀ, ਇਹਦਾ ਨਤੀਜਾ ਇੱਕ ਦਿਨ ਆਊਗਾ ਮੋਹਰੇ। ਇਹ ਬਹੁਤ ਵੱਡੀ ਗਲਤੀ ਆ ਜਿਹੜੇ ਹੁਣ ਘਰ ਦੀ ਫੈਮਿਲੀ ਆ, ਤੀਸਰਾ ਬੰਦਾ ਨਹੀਂ, ਇਹਨਾਂ ਨੇ ਕਿਉਂ ਏਦਾਂ ਦੇ ਕੰਮ ਕੀਤੇ?
ਇਹਨੇ ਕਿਉਂ ਨੀ ਸਿਆਣੇ ਦੀ ਮਦਦ ਲਈ? ਇਹ ਮਦਦ ਲੈ ਕੇ ਘਰ ਬੈਠ ਕੇ ਗੱਲ ਕਰਨੀ ਚਾਹੀਦੀ ਸੀ, ਅੰਦਰ ਪੜਦੇ ਤੇ ਗੱਲਾਂ ਹੋਣੀ ਚਾਹੀਦੀ ਸੀ। ਉਹਨੇ ਇਹ ਨੀ ਸੋਚਿਆ ਮੇਰੇ ਹਸਬੈਂਡ ਦਾ ਇਸ ਵੇਲੇ ਕਿੰਨਾ ਦੁਨੀਆਂ ਤੇ ਨਾਂ ਹੈ, ਹੈ ਉਹਨੂੰ ਕਿੰਨਾ ਹੁਣ ਬਦਨਾਮ ਹੋਊਗਾ, ਪਰ ਉਹਦੀ ਵੀ ਗਲਤੀ। ਉਹਨੇ ਕਿਉਂ, ਉਹ ਕੀ ਪਤਾ ਸੱਚੇ ਆ ਕਿ ਗਲਤ ਆ, ਇਹ ਤਾਂ ਉਹਨਾਂ ਨੂੰ ਪਤਾ ਨਾ ਉਹਦੀ ਫੈਮਿਲੀ ਨੂੰ। ਆਪਾਂ ਤਾਂ ਰਣਜੀਤ ਨੀ, ਇਹਨਾਂ ਨੇ ਇਸ ਗੱਲ ਦਾ ਆਪਾਂ ਨੂੰ ਕੋਈ ਪਤਾ ਨੀ ਵੀ ਕੀ ਹੋਇਆ ਕੀ ਨਹੀਂ ਹੋਇਆ। ਨਹੀਂ, ਹੋ ਸਕਦਾ ਕਿ ਲੇਡੀਜ਼ ਦੀ ਗਲਤੀ ਹੋਵੇ, ਹੋ ਸਕਦਾ ਕਿ ਜੈਂਟਸ ਦੀ ਗਲਤੀ ਹੋਵੇ, ਪਰ ਜਿਹੜੀ ਗੱਲ ਹੈਗੀ ਆ ਆਪਸ ਦੇ ਵਿੱਚ, ਜੇ ਉਹਦਾ ਗੱਲ ਦਾ ਹੱਲ ਨਿਕਲਦਾ ਤੇ ਕੱਢ ਲਓ, ਜੇ ਗੱਲ ਹੱਲਦਾ ਹੱਲ ਨਹੀਂ ਨਿਕਲਦਾ ਹੈਗਾ, ਕੋਈ ਦੋ ਸਿਆਣੇ ਬੰਦੇ ਬਿਠਾ ਕੇ ਹੱਲ ਕੱਢ ਲੈਣਾ ਚਾਹੀਦਾ ਹੈਗਾ, ਨਾ ਕਿ ਇਹ ਚੀਜ਼ਾਂ ਕਰਨੀਆਂ ਕਿ ਹਵਾ ਦੇ ਵਿੱਚ ਤਲਵਾਰਾਂ ਮਾਰਨੀਆਂ ਵਾਲੀ ਗੱਲ ਹੋ ਗਈ ਕਿ ਉਹ ਦੇਖੋ ਕਿ ਨਾ ਕੋਈ ਸਿਰ ਨਾ ਕੋਈ ਪੈਰ, ਬਾਹਰ ਵੀ ਕੱਢ ਦਿੱਤਾ ਨਾਲੇ ਤਮਾਸ਼ਾ ਵੀ ਬਣਾ ਦਿੱਤਾ, ਤੇ ਮੁੜ ਕੇ ਫੇਰ ਕੀ ਕਹਿੰਦੇ ਨੇ ਹੁਣ ਜਦੋਂ ਤੁਹਾਨੂੰ ਵੀਡੀਓ ਅਗਲੀਆਂ ਕਲਿੱਪ ਥੋੜੇ ਜਿਹੇ ਦਿਖਾਵਾਂਗਾ ਕਿ ਹੁਣ ਜੱਫੀਆਂ ਵੀ ਪੈ ਰਹੀਆਂ ਹੈਗੀਆਂ, ਹੁਣ ਮਾਫੀਆਂ ਵੀ ਮੰਗੀਆਂ ਜਾ ਰਹੀਆਂ ਹੈਗੀਆਂ, ਸਭ ਕੁਝ ਚੀਜ਼ਾਂ ਹੋ ਰਹੀਆਂ ਹੈਗੀਆਂ, ਤੇ ਫਿਰ ਇਹ ਚੀਜ਼ ਕਰਨ ਦੀ ਕੀ ਜ਼ਰੂਰਤ ਪਈ ਸੀ? ਆ ਬਹੁਤ ਵੱਡੀ ਬੇਇੱਜ਼ਤੀ ਹੈ। ਹਾਂ ਹਾਂ, ਖੁਦ ਗਾਂ ਬੱਚੇ ਧੀਆਂ ਪੁੱਤ ਵੀ ਆਉਣੇ ਆ, ਉਹਨਾਂ ਤੇ ਨਹੀਂ ਸੋਚਿਆ ਉਹਨਾਂ ਨੇ ਕਿ ਕਿਹਦਾ ਹਸਬੰਡ ਨਹੀਂ। ਹਜ਼ਾਰਾਂ ਚੋਂ ਮੈਂ ਰਣਜੀਤ ਜੀ, ਕੋਈ ਹਜ਼ਾਰਾਂ ਚੋਂ ਕੋਈ ਕੋਈ ਇਨਸਾਨ ਸਹੀ ਹੋਗਾ ਨਹੀਂ, ਸਭ ਗਲਤ ਆ, ਔਰਤਾਂ ਵੀ ਤੇ ਮਰਦ ਵੀ। ਇਹ ਚੱਲਦੀ ਆਈ ਆ ਰੀਤਾਂ, ਇਹ ਹਟਦੀਆਂ ਵੀ ਨਹੀਂ ਨਾ ਹਟਣੀਆਂ ਆ ਇਹ। ਪਰ ਉਸ ਔਰਤ ਨੂੰ ਸੋਚਣਾ ਚਾਹੀਦਾ ਸੀ ਮੈਂ ਕਿਉਂ ਬਦਨਾਮ ਹੁੰਦੀ ਆ, ਬੈਠ ਕੇ ਪਹਿਲਾਂ ਲੰਮੀ ਆਪਦੇ ਬੈਠ ਕੇ ਅੰਦਰ ਕੱਲੀ ਤਾਂ ਸੋਚਦੀ ਤਾਂ ਸਹੀ। ਚੱਲ ਹਾਂ, ਉਹਦਾ ਹਸਬੈਂਡ ਨੇ ਕੁੱਟਿਆ, ਲੜਾਈ ਹੁੰਦੀ ਉਹ ਵੱਖਰੀ ਗੱਲ ਆ, ਉਹ ਤੁਸੀਂ ਮੀਡੀਆ ਚ ਲੈ ਗਏ ਵੱਖਰੀ ਗੱਲ ਆ। ਜਿਹੜੀ ਏਡੀ ਕਾਕ ਲੱਗ ਗਈ ਉਹ ਪਤਾ ਨੀ ਸੱਚ ਆ ਕਿ ਝੂਠ ਆ ਕਿ ਕੀ ਗੱਲ ਆ ਵਿੱਚੋਂ। ਮੀਡੀਆ ਦੇ ਵਿੱਚ ਜਦੋਂ ਬੰਦਾ ਬਦਨਾਮ ਹੋ ਜਾਏ ਤੇ ਉੱਤੇ ਕੀ ਬੀਤਦੀ ਆ, ਇਹ ਬਹੁਤ ਗਲਤੀ ਆ। ਗਾਂ ਸੋਚੋ ਆਪਦੇ ਬੱਚੇ ਵੀ ਵਿਆਹਣੇ, ਤੂੰ ਇਹ ਤਾਂ ਲੰਮੀ ਸੋਚ ਚੱਲਦੇ ਰਹੇ, ਥੋੜੋ ਵੀ ਤੇਰਾ ਅੱਜ ਕੱਲ ਵਿਆਹ ਹੋ ਤਾਂ ਤੁਸੀਂ ਫੇਰ ਛਾੜੇ ਛੜਾਈਆ ਕਰ ਦੋਗੇ। ਕਿਉਂਕਿ ਜੇ ਇੱਕ ਹਸਬੈਂਡ ਦੀ ਬੇਇੱਜ਼ਤੀ ਕੀਤੀ, ਜੇ ਇੱਕ ਹਸਬੈਂਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹ ਇਲਜ਼ਾਮ ਵੀ ਮੁੜ ਕੇ ਲੱਗਦੇ ਜੀ ਇਹਦੇ ਹੋਰ ਜਨਾਨੀਆਂ ਨਾਲ ਦੇ ਤਾਲੁਕਾਤ ਨੇ, ਇਹ ਫਲਾਣਾ ਜੀ, ਇਹ ਟਮਕਾਣਾ ਜੀ, ਮੁੜ ਕੇ ਫਿਰ ਉਸੇ ਹੀ ਹਸਬੈਂਡ ਨੂੰ ਤੁਸੀਂ ਐਕਸੈਪਟ ਕਰਕੇ ਮੁੜ ਕੇ ਫਿਰ ਤੁਸੀਂ ਉਹਦੇ ਨਾਲ ਹੀ ਬਹਿੰਦੇ ਜੇ, ਫਿਰ ਉਹਦੇ ਨਾਲ ਜ਼ਿੰਦਗੀ ਬਿਤਾਉਂਦੇ ਜੇ, ਫਿਰ ਉਹਦੇ ਨਾਲ ਬਾਹਰ ਜਾ ਕੇ ਟਿੱਕੀਆਂ ਚਾਟਾਂ ਖਾਣ ਜਾਂਦੇ ਜੇ, ਫਿਰ ਉਹਦੇ ਨਾਲ ਪਾਰਕਾਂ 'ਚ ਘੁੰਮਦੇ ਜੇ, ਫਿਰ ਉਹਦੇ ਨਾਲ ਕੀ ਕਹਿੰਦੇ ਨੇ ਕੀ ਉਹ ਜਿਹੜਾ ਹੁੰਦਾ ਆ ਇਹ ਸੈਰ ਸਪਾਟੇ ਕਰਨ ਵਾਲੀਆਂ ਥਾਵਾਂ ਹੁੰਦੀਆਂ, ਫਿਰ ਉੱਥੇ ਸੈਰ ਸਪਾਟੇ ਕਰਨ ਵੀ ਜਾਂਦੇ ਜੇ। ਮਤਲਬ ਕਿ ਇਹਦਾ ਕੀ ਹੋ ਸਕਦਾ ਕਿ ਪਹਿਲਾਂ ਤੁਸੀਂ ਬੇਇੱਜ਼ਤੀ ਕਰ ਦਿੱਤੀ, ਮੁੜ ਕੇ ਤੁਸੀਂ ਉਸ ਬੇਇੱਜ਼ਤੀ ਦਾ ਜਿਹੜਾ ਹੈਗਾ ਸੋਚਦੇ ਨਹੀਂ ਹੈਗੇ ਕਿ ਤੁਹਾਡੀ ਵੀ ਉਨੀ ਹੀ ਬੇਇੱਜ਼ਤੀ ਹੋਈ ਹੈ ਜਿੰਨੀ ਕਿ ਉਹਦੀ ਹੋਈ ਹੈ। ਉਹ ਤਾਂ ਜ਼ਿਆਦਾ ਹੋਈ ਹੈ ਉਹਨਾਂ ਦੀ, ਇਹ ਨੀ ਉਹ ਨੀ ਔਰਤ ਨੇ ਸੋਚਿਆ, ਹਸਬੈਂਡ ਨੇ ਨੀ ਸੋਚਿਆ ਮੈਂ ਲੰਮੀ ਸੋਚਾਂ ਫਿਰ ਕੱਢਿਆ, ਤਾਂ ਹੁਣ ਔਰਤ ਨੇ ਕਦਮ ਚੱਕੀ ਨਾ ਇਸ ਗੱਲ ਦੀ। ਹਾਂਜੀ, ਜਾਂ ਤਾਂ ਉਹਨੇ ਜੇ ਕਦਮ ਚੱਕੀ ਸੀ ਤਾਂ ਫਿਰ ਉਹਨਾਂ ਮੁੜ ਕੇ ਜੱਫੀਆਂ ਕਾਹਤੋਂ ਪਾਈਆਂ, ਉਹਨੂੰ ਫਿਰ ਉਹਦੇ ਨਾਲ ਰਹਿੰਦੀ ਕਿਉਂ ਆ ਉਹਦੇ ਨਾਲ? ਫਿਰ ਹੁਣ ਤੁਸੀਂ ਕਿੰਨੀ ਬੇਇੱਜ਼ਤੀ, ਜਾਂ ਤੂੰ ਉਸ ਪਹਿਲਾਂ ਮੈਂ ਰਣਜੀਤ ਜੀ ਇਹ ਗੱਲ ਕਹਿੰਦੇ ਆ, ਆਦਮੀ ਕਿਹਦਾ ਨੀ ਤੀਵੀ ਨਾ ਕੁੱਟਦਾ ਮਾਰਦਾ ਜਾਂ ਕੁਛ ਕਹਿੰਦਾ ਨਹੀਂ, ਹਰੇਕ ਗੱਲ ਚ ਬੰਦੇ ਕਈ ਪਾਣੀ ਭਰਦੇ ਤੀਵੀਆਂ ਦਾ, ਕਈ ਮਰਦ ਬੜੇ ਤੀਵੀਆਂ ਨੂੰ ਕੁੱਟਦੇ ਆ, ਉਹ ਤੀਵੀਆਂ ਫੇਰ ਸਬਰ ਕਰਕੇ ਬੈਠੀਆਂ ਘਰੇ, ਉਹ ਆਪਣੀ ਇੱਜ਼ਤ ਨੂੰ ਲੈ ਕੇ ਬੈਠੀਆਂ ਕਿ ਮੇਰਾ ਘਰ ਮੇਰਾ ਚੱਲਦਾ ਰਹੇ ਕਿਸੇ ਤਰ੍ਹਾਂ ਵੀ ਹੋਵੇ। ਆਪਦੇ ਹਸਬੈਂਡ ਨੂੰ ਸਿੱਧੀ ਲੈਣ ਤੇ ਵਾਈਫ ਲਿਆਉਂਦੀ ਆ, ਵਾਈਫ ਦਾ ਕੰਮ ਆ,
ਤੇ ਜੇ ਵਾਈਫ ਹੀ ਆਪਣੀ ਬਦਨਾਮੀ ਲੋਕਾਂ ਚ ਕੱਢ ਕੇ ਵਰ ਕਰਕੇ ਤਾਂ ਮੁੜ ਕੇ ਫੇਰ ਇੱਕ ਘਰ ਚ ਗਿੱਧਾ ਪੈਂਦਾ, ਉਹ ਗੱਲ ਨਹੀਂ। ਰਣਜੀਤ ਜੀ ਮੈਂ ਇਹਦੇ ਚ ਸਹਿਮਤ ਨਹੀਂ, ਤੁਸੀਂ ਦੱਸੋ ਇਹ ਚ ਸਹਿਮਤ ਹੈ? ਨਹੀਂ ਬਿਲਕੁਲ, ਮੈਂ ਆਪ ਨਹੀਂ ਇਸ ਚੀਜ਼ ਦੇ ਵਿੱਚ ਸਹਿਮਤ ਹੈਗਾ। ਇੱਕ ਜਿਹੜਾ ਰਿਸ਼ਤਾ ਹੁੰਦਾ ਨਾ, ਹਸਬੈਂਡ ਐਂਡ ਵਾਈਫ ਦਾ ਰਿਸ਼ਤਾ ਹੁੰਦਾ, ਇਹਦੇ ਵਿੱਚ ਜਿਹੜਾ ਹੈਗਾ ਆ, ਇਹ ਕੀ ਕਹਿੰਦੇ ਨੇ, ਜਦੋਂ ਜੇ ਤੇ ਸਿੱਖ ਸਮਾਜ ਦੇ ਵਿੱਚ ਹੈ ਤੇ ਜਦੋਂ ਚਾਰ ਲਾਵਾਂ ਲਈਆਂ ਜਾਂਦੀਆਂ ਨਾ, ਉਹਦੇ ਵਿੱਚ ਜਿਹੜੀਆਂ ਹੈਗਾ ਇਹੀ ਇੱਕ ਦੂਜੇ ਨਾਲ ਵਾਅਦਾ ਕੀਤਾ ਜਾਂਦਾ ਕਿ ਇਹਦੇ ਹਰੇਕ ਦੁੱਖ ਸੁੱਖ ਦੇ ਵਿੱਚ ਮੈਂ ਇਹਦਾ ਸਾਥ ਦੇਵਾਂਗੀ, ਮੈਂ ਹਰੇਕ ਦੁੱਖ ਸੁੱਖ ਦੇ ਵਿੱਚ ਇਹਦਾ ਸਾਥ ਦੇਵਾਂਗਾ, ਨਿਭਾਵਾਂਗਾ ਐਂਡ ਤੱਕ ਜਿਹੜਾ ਹੈਗਾ। ਪਰ ਹੁਣ ਮੈਂ ਕਹਿੰਦਾ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਆ, ਇਹਨਾਂ ਨੇ ਉਸ ਚੀਜ਼ ਨੂੰ ਬਿਲਕੁਲ ਹੀ ਝੁਠਲਾ ਦਿੱਤਾ ਹੋਇਆ, ਉਸ ਚੀਜ਼ ਨੂੰ ਮੰਨਣ ਨੂੰ ਬਿਲਕੁਲ ਹੀ ਤਿਆਰ ਹੀ ਨਹੀਂ ਹੈਗੇ ਕਿ ਜੋ ਅਸੀਂ ਜੇ ਹਿੰਦੂ ਸਮਾਜ ਦੇ ਵਿੱਚ ਜੇ ਅੱਠ ਲਾਵਾਂ ਅਗਨ ਨੂੰ ਜਿਹੜੇ ਸਾਕਸ਼ੀ ਮੰਨ ਕੇ ਇਹ ਲਾਵਾਂ ਜਿਹੜੀਆਂ ਲਈਆਂ ਜਾਂਦੀਆਂ ਨੇ, ਸੱਤ ਫੇਰੇ ਲਏ ਜਾਂਦੇ, ਸੱਤ ਕੇ ਅੱਠ ਫੇਰੇ ਲਏ ਜਾਂਦੇ ਆ, ਦੱਸੋ ਕਿ ਇਹ ਤੇ ਉਸ ਚੀਜ਼ ਦੀ ਵੀ ਜਿਹੜੀ ਹੈਗੀ ਹੈ ਕੀ ਕਹਿੰਦੇ ਨੇ ਇਹ ਮੰਨਦੇ ਨਹੀਂ ਹੈਗੇ, ਤੇ ਫਿਰ ਰਿਸ਼ਤੇ ਨੂੰ ਕਿੱਥੇ ਨਿਭਾਲਣਾ ਇਹਨਾਂ ਨੇ? ਜਿਹੜੇ ਹੁਣ ਪੁਰਾਣੇ ਟਾਈਮਾਂ ਦੇ ਵਿੱਚ ਜੇ ਚੱਲ ਜਾਈਏ, ਅੱਜ ਤੋਂ 50 ਸਾਲ 60 ਸਾਲ ਪਿੱਛੇ ਚਲੇ ਜਾਈਏ, ਉਦੋਂ ਵੀ ਜਨਾਨੀਆਂ ਬੰਦੇ ਰਹਿੰਦੇ ਹੀ ਸਨ, ਕੀ ਗੱਲ ਉਦੋਂ ਲੜਾਈਆਂ ਨਹੀਂ ਸੀ ਹੁੰਦੀਆਂ? ਅੱਜ ਦੇ ਟਾਈਮ ਦੇ ਵਿੱਚ ਜੇ ਕਹੀਏ, ਗੱਲ ਕਰੀਏ, ਜੇ ਤੁਹਾਨੂੰ ਵੀ ਇਹ ਚੀਜ਼ ਦਾ ਪਤਾ ਹੋਵੇ ਕਿ ਇਹ ਦਾਦੀਆਂ ਪੜਦਾਦੀਆਂ ਤੱਕ ਲੈ ਚੱਲੀਏ ਗੱਲ ਨੂੰ, ਕੀ ਗੱਲ ਉਦੋਂ ਲੜਾਈਆਂ ਨਹੀਂ ਸੀ ਹੁੰਦੀਆਂ? ਉਦੋਂ ਤੇ ਲੇਡੀਜ਼ ਨੂੰ ਕਿਤੇ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾਂਦਾ ਘਰੋਂ। ਹਾਂਜੀ ਸਹੀ ਗੱਲ ਹੈ। ਉਦੋਂ ਜੇ ਅੱਜ ਜੇ ਲੇਡੀਜ਼ ਨੂੰ ਕੀ ਕਹਿੰਦੇ ਨੇ ਦੇ ਦਿੱਤੀ ਹੈਗੀ ਆ ਕਿ ਤੁਸੀਂ ਆਜ਼ਾਦੀ ਦੇ ਦਿੱਤੀ ਹੈਗੀ ਆ, ਤੇ ਆਜ਼ਾਦੀ ਦਾ ਇਹ ਫਾਇਦਾ ਤੇ ਜਾਂ ਇਹ ਮਤਲਬ ਤਾਂ ਨਾ ਕੱਢੋ ਹੈਗਾ ਕਿ ਦੋਨੇ ਇਨਸਾਨ ਹੀ ਹੈ ਨਾ। ਜੇ ਸਾਇੰਸ ਨੇ ਤਰੱਕੀ ਕੀਤੀ, ਟਾਈਮ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹੋ, ਤੇ ਇੱਥੇ ਵੀ ਆ ਕੇ ਥੋੜੀ ਜਿਹੀ ਝਾਤੀ ਮਾਰੋ ਨਾ ਕਿ ਜਿਹੜਾ ਹੈਗਾ ਤਮਾਸ਼ਾ ਫਿਰ ਬਾਹਰ ਕਿਉਂ ਲਾਉਂਦੇ ਹੋ? ਜੇ ਤੁਹਾਡੀਆਂ ਆਪਸੀਆਂ ਗੱਲਾਂ ਹੈਗੀਆਂ, ਜੇ ਤੁਹਾਡੀ ਆਪਸ ਦੇ ਵਿੱਚ ਨਹੀਂ ਨਿਭਦੀ ਹੈਗੀ, ਤੇ ਫਿਰ ਉਹਦੇ ਹੱਲ ਜਿਹੜਾ ਹੈਗਾ, ਕੋਈ ਉਹਦਾ ਹੱਲ ਲੱਭੋ। ਇਹ ਤਾਂ ਰਣਜੀਤ ਜੀ ਉਹ ਦੇਖੋ, ਜਦੋਂ ਪਹਿਲੀਆਂ ਦੀ ਤੁਸੀਂ ਸਿਆਣੀਆਂ ਦੀ ਗੱਲ ਕੀਤੀ ਆ, ਅੱਜ ਤੋਂ 50-60 ਸਾਲ ਪਿੱਛੇ ਨੂੰ, ਉਦੋਂ ਜਨਾਨੀਆਂ ਅਸੀਂ ਆਪਦੇ ਦਾਦੀ ਨੂੰ ਵੀ ਦੇਖਦੇ ਸੀ, ਆਪਦੀ ਮਾਂ ਨੂੰ ਵੀ ਦੇਖ ਰਹੇ ਸੀ ਛੋਟੇ ਜਿਹੇ ਹੁੰਦੇ ਸੀ। ਉਹ ਦੇਖੋ ਜਵਾਨੀ ਕਿੰਨੇ ਚੰਗੇ ਹੁੰਦੇ ਸੀ। ਜਦੋਂ ਹਸਬੈਂਡ ਨੇ ਘਰੋਂ ਬਾਹਰੋਂ ਆਉਣਾ, ਔਰਤ ਨੇ ਉੱਠਣਾ, ਮੇਰੀ ਮੰਮਾ ਨੇ ਉੱਠਣਾ, ਉੱਠ ਕੇ ਆਉਂਦਿਆਂ ਨੂੰ ਪਹਿਲਾਂ ਕਹਿਣਾ, ਹਾਂਜੀ ਸਰਦਾਰ ਜੀ ਪਾਣੀ ਚਾਹੀਦਾ, ਪੀਣ ਨੂੰ ਗਲਾਸ ਲੈ ਕੇ ਜਾਣਾ। ਬਿਲਕੁਲ। ਉਹ ਹੁਣ ਉਹ ਜਵਾਨੀ ਹੈ ਨੀ, ਤੇ ਉਦੋਂ ਡਰਦੀਆਂ ਵੀ ਸੀ ਨੂੰਹਾਂ ਧੀਆਂ ਆਪਣੀ ਸੱਸ ਸਹੁਰੇ ਤੋਂ, ਬਹੁਤ ਹੀ ਡਰਦੀਆਂ ਸੀ। ਦੇਖੋ ਅਸੀਂ ਵੀ ਇੰਨੀ ਉਮਰ ਦੇ ਹੋ ਗਏ, ਅਸੀਂ ਅੱਜ ਤੱਕ ਆਪਦੇ ਪੇ ਦੇ ਮੋਹਰੇ ਨਹੀਂ ਸੀ ਕਦੇ ਬੋਲੇ, ਜਾਂ ਬੋਲਦੇ ਵੀ ਸੀ 10 ਵਾਰੀ ਸੋਚੀ ਇਸ ਗੱਲ ਦਾ ਜਾਂ ਕਿ ਨਹੀਂ ਦੇਣਾ ਆਪਦੇ ਪੇ। ਬਹੁਤ ਵੱਡੀਆਂ ਹੁਣ ਅੱਜ ਕੱਲ ਤਾਂ ਇਹ ਤਮਾਸ਼ਾ ਸਮਝ ਲਿਆ। ਹੁਣ ਉਹ ਦੇਖੋ ਔਰਤ ਨੇ ਕੀ ਖਿਚੜੀ ਪਕਾ ਕੇ ਕੀ ਬਦਨਾਮੀ ਕਰਕੇ, ਇਹ ਨੀ ਸੋਚਿਆ ਵੀ ਸਾਰੀ ਉਮਰ ਦੀ ਕਾਲ ਕਿਉਂ? ਕਿਉਂਕਿ ਸਲੂਟ ਹੈ, ਮੈਂ ਕੱਲ ਗੱਲ ਕਰਨਾ ਚਾਹੁੰਦਾ ਕਿ ਸਲੂਟ ਹੈ ਉਸ ਲੇਡੀਜ਼ ਨੂੰ ਇਹ ਜਿਨ੍ਹਾਂ ਨੇ ਇਹਨਾਂ ਦਾ ਰਾਜ਼ੀਨਾਮਾ ਕਰਵਾਇਆ, ਇਹ ਮਨੀਸ਼ਾ ਗੁਲਾਟੀ ਜੀ ਜਿਹੜੇ ਕਿ ਰਿਸਪੈਕਟਡ ਨੇ, ਜਿਹੜੇ ਕਿ ਇਸਤਰੀ ਵਿੰਗ ਦੇ ਜਿਹੜੇ ਹੈਗੇ ਨੇ ਉਹ ਆਫਿਸਰ ਨੇ, ਅਤੇ ਉਹਨਾਂ ਦੇ ਹੱਥ ਦੇ ਵਿੱਚ ਹੀ ਸਾਰਾ ਕੁਛ ਹੈਗਾ। ਉਹਨਾਂ ਦੀ ਸਟੇਟਮੈਂਟ ਵੀ ਜਿਹੜੀ ਹੈਗੀ ਹੈ ਸਾਡੇ ਕੋਲ ਆਈ ਆ, ਉਹਨਾਂ ਦੀ ਸਟੇਟਮੈਂਟ ਵੀ ਸੁਣਦੇ ਹਾਂ ਕਿ ਵੇਖੋ ਕਿ ਉਹਨਾਂ ਨੇ ਬੜੇ ਹੀ ਬਾਖੂਬਸੂਰਤੀ ਤਰੀਕੇ ਦੇ ਨਾਲ ਜਿਹੜਾ ਹੈਗਾ ਆ, ਨਾ ਉਹਨੇ ਲੇਡੀਜ਼ ਨੂੰ ਮਤਲਬ ਕਿ ਥੱਲੇ ਲੱਗਣ ਦਿੱਤਾ, ਨਾ ਉਹਨਾਂ ਨੇ ਉਹਨਾਂ ਦੇ ਹਸਬੈਂਡ ਨੂੰ ਥੱਲੇ ਲੱਗਣ ਦਿੱਤਾ, ਨਾ ਬੰਦੇ ਨੂੰ, ਨਾ ਲੇਡੀਜ਼ ਨੂੰ ਥੱਲੇ ਨਹੀਂ ਲੱਗਣ ਦਿੱਤਾ। ਪਰ ਉਹਨਾਂ ਦਾ ਦੇਖ ਲਓ ਕਿ ਸਭ ਕੁਛ ਕਰਨ ਦੇ ਬਾਵਜੂਦ ਵੀ
ਉਹਨਾਂ ਦਾ ਰਾਜ਼ੀਨਾਮਾ ਕਰਵਾਇਆ, ਪਰ ਜਿਨ੍ਹਾਂ ਦੀ ਇਨਵੋਲਵਮੈਂਟ ਸੀ ਉਹਦੇ ਵਿੱਚ ਤੇ ਉਹਨੂੰ ਵੀ ਫਟਕਾਰ ਉਹਨਾਂ ਨੇ ਲਾਤੀ ਕਿ ਤੂੰ ਅੱਜ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਜਾਂ ਇਹਨਾਂ ਦੇ ਮਸਲੇ ਦੇ ਵਿੱਚ ਕੋਈ ਵੀ ਇੰਟਰਫੇਅਰ ਨਹੀਂ ਕਰਨੀ ਹੈਗੀ। ਐਦਾਂ ਦੀਆਂ ਲੇਡੀਆਂ ਜਿਹੜੀਆਂ ਹੈਗੀਆਂ ਨੇ ਚਾਹੀਦੀਆਂ ਨੇ, ਜਿਹੜੀਆਂ ਟਾਈਮ ਦੇ ਮੁਤਾਬਕ ਚੱਲਦੀਆਂ ਨੇ, ਇਹਨੂੰ ਕਹਿੰਦੇ ਨੇ ਲੇਡੀਜ਼। ਉਹਨਾਂ ਲੇਡੀਜ਼ ਨੂੰ ਨਹੀਂ ਮੈਂ ਕਹਿੰਦਾ ਹੈਗਾ ਕਿ ਜਿਹੜੀਆਂ ਕੰਨ ਦੀਆਂ ਕੱਚੀਆਂ ਕਿ ਕਿਸੇ ਨੇ ਕੰਨ 'ਚ ਮਾੜੀ ਜਿਹੀ ਫੂਕ ਮਾਰੀ ਅਤੇ ਆਪਣਾ ਘਰ ਬਰਬਾਦ ਕਰ ਲਿਆ। ਐਦਾਂ ਦੀਆਂ ਲੇਡੀਜ਼ ਹੋਣੀਆਂ ਚਾਹੀਦੀਆਂ ਹੈਗੀਆਂ ਨੇ ਜਿਹੜੀਆਂ ਲੋਕਾਂ ਦੇ ਫੈਸਲੇ ਕਰਵਾਉਂਦੀਆਂ ਨੇ, ਪਰ ਉਹ ਦੋਨੇ ਪੱਖ ਸੁਣ ਕੇ ਕਰਵਾਉਂਦੀਆਂ ਨੇ, ਨਾ ਉਹਨਾਂ ਨੇ ਲੇਡੀਜ਼ ਨੂੰ ਥੱਲੇ ਲੱਗਣ ਦਿੱਤਾ। ਹਾਂਜੀ, ਉਹਨਾਂ ਨੂੰ ਪਹਿਲਾਂ ਹੀ ਉਸ ਲੇਡੀ ਨੂੰ ਘਰੇ ਬੁਲਾ ਲੈਂਦੇ ਜਾਂ ਕਿਸੇ ਨੂੰ ਹੋਰ ਸਿਆਣੇ ਨੂੰ ਵਿੱਚ ਬਹਾ ਕੇ ਗੱਲ ਕਰ ਲੈਂਦੇ। ਜਦੋਂ ਪੁਲਿਸ ਦੀ ਜਿਹੜੀ ਹੈਗੀ ਨਾ, ਜਦੋਂ ਪੁਲਿਸ ਇਨਵੋਲਵ ਹੋ ਜਾਂਦੀ ਕਿਸੇ ਕੇਸ ਦੇ ਵਿੱਚ, ਉਦੋਂ ਫਿਰ ਕੇਸ ਜਿਹੜਾ ਹੈਗਾ ਨਾ ਇਸਤਰੀ ਵਿੰਗ ਦੇ ਕੋਲ ਜਾਂਦਾ, ਫਿਰ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੁੰਦੀ ਆ ਕਿ ਇੱਕ ਜਨਾਨੀ ਦੇ ਉੱਤੇ ਗੱਲਾਂ ਇਦਾਂ ਦੀਆਂ ਹੁੰਦੀਆਂ ਬਣਾ ਕੇ ਦੱਸੀਆਂ ਜਾਂਦੀਆਂ ਹੁੰਦੀਆਂ। ਇੱਕ ਜਨਾਨੀ ਦੇ ਉੱਤੇ ਹੱਤਿਆਚਾਰ, ਇੱਕ ਜਨਾਨੀ ਦੀ ਮਾਂ ਰਿਸ਼ਤੇ ਲੋਕਾਂ ਦੇ ਵਿੱਚ, ਇਦਾਂ ਦੀਆਂ ਜਦੋਂ ਗੱਲਾਂ ਫਿਰ ਉਹਨਾਂ ਦੇ ਕੋਲ ਜਾਂਦੀਆਂ, ਫਿਰ ਉਹਨਾਂ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਕਿ ਕੀ ਗੱਲ ਘਰ ਦੇ ਵਿੱਚ ਹੋਈ ਹੈ। ਜੇ ਤਾਂ ਕੋਈ ਚੰਗਾ ਆਫਿਸਰ ਹੈਗਾ ਆ, ਜਿੱਦਾਂ ਹੁਣ ਲੇਡੀਜ਼ ਆ, ਮੈਂ ਤਾਰੀਫ ਕਰਦਾ ਇਹਨਾਂ ਦੀ ਕਿ ਬੜੀ ਹੀ ਖੂਬਸੂਰਤੀ ਦੇ ਨਾਲ ਇਹਨਾਂ ਨੇ ਹੱਲ ਜਿਹੜਾ ਹੈਗਾ ਕੱਢਿਆ। ਪਹਿਲਾਂ ਇਹਨਾਂ ਦੀ ਸਟੇਟਮੈਂਟ ਸੁਣਦੇ ਹਾਂ, ਦੇਖਦੇ ਹਾਂ ਕਿ ਇਹ ਕੀ ਕਹਿੰਦੇ ਨੇ। ਮੇਰਾ ਇੱਕ ਮੇਲ ਨੂੰ ਵਮੈਨ ਕਮਿਸ਼ਨ ਹੁੰਦੇ ਹੋਏ ਸਪੋਰਟ ਕਰਨ ਦਾ ਇੱਕ ਰੀਜ਼ਨ ਹੈ, ਮੈਂ ਹਮੇਸ਼ਾ ਤੋਂ ਸੱਚ ਦਾ ਸਾਥ ਦਿੱਤਾ। ਇਹੋ ਜਿਹੀ ਕਿ ਇਹਨਾਂ ਲੋਕਾਂ ਨੂੰ ਕੌਣ ਸਪੋਰਟ ਕਰੇਗਾ। ਲੈਂਬਰ ਜਦੋਂ ਫਸਟ ਹੇਅਰਿੰਗ ਵਿੱਚ ਆਇਆ, ਇੱਕ ਬੜੀ ਪੋਜ਼ਿਟਿਵ ਗੱਲ ਨਿਕਲ ਕੇ ਆਈ ਕਿ ਉਹਨੇ ਆਪਣੀ ਵਾਈਫ ਔਰ ਬੱਚਿਆਂ ਦੇ ਅਗੇਂਸਟ, ਜੋ ਕਿ ਜਿਸ ਤਰ੍ਹਾਂ ਦੇ ਵੀਡੀਓ ਆ ਰਹੇ ਸੀ, ਬੱਚੇ ਜੋ ਬੋਲ ਰਹੇ ਸੀ, ਕੁਛ ਵੀ ਨਹੀਂ ਬੋਲਿਆ, ਰੋ ਪਿਆ ਤੇ ਮੈਂ ਸਟੈਂਡ ਲਿੱਤਾ। ਪਰ ਲੈਂਬਰ ਦੀ ਸ਼ਿਕਾਇਤ ਆਪਣੀ ਸਾਲੀਆਂ ਨੂੰ ਲੈ ਕੇ ਹੀ ਸੀ, ਇੰਟਰਫੇਰੈਂਸ। ਤੇ ਇਹ ਸਾਡੀ ਇੰਡੀਅਨ ਸੋਸਾਇਟੀ ਦਾ ਨਾ ਇੱਕ ਸੱਚ ਏ, ਜਦੋਂ ਰਿਸ਼ਤੇਦਾਰਾਂ ਦੀ ਇਨਵੋਲਵਮੈਂਟ ਵੱਧ ਜਾਂਦੀ ਹੈ ਨਾ ਇੱਕ ਮੈਰਿਜ ਤੋਂ ਬਾਅਦ, ਇੱਕ ਸਾਡੀ ਇੰਡੀਅਨ ਵੁਮਨ ਦਾ ਜਿਹੜੀ ਪ੍ਰਾਇਓਰਿਟੀ ਹੈ, ਉਹਦੇ ਆਪਣੇ ਬੱਚੇ ਔਰ ਸਿਰਫ ਹਸਬੈਂਡ ਹੀ ਨੇ ਪ੍ਰਾਇਓਰਿਟੀ ਤੇ ਆ ਜਾਂਦਾ। ਤੇ ਉਹਨਾਂ ਦੀ ਵਾਈਫ ਨੂੰ ਇਹ ਸਮਝਾਇਆ ਗਿਆ ਤੇ ਜੋ ਜੈਨੂਇਨ ਉਹਨਾਂ ਦੀ ਕੰਪਲੇਂਟ ਸੀ, ਲੈਂਬਰ ਨੂੰ ਵੀ ਸਮਝਾ ਦਿੱਤਾ ਗਿਆ ਕਿ ਬੱਚਿਆਂ ਨੂੰ ਲੈ ਕੇ ਵੀ ਜਿਹੜੀਆਂ ਸ਼ਿਕਾਇਤਾਂ ਨੇ, ਤੁਸੀਂ ਇੱਕ ਪਰਿਵਾਰ ਹੈ, ਬੈਲੈਂਸ ਕਰੋ। ਭਾਲੋ, ਜੇ ਤੁਸੀਂ ਮੈਰਿਜ ਹੋ ਗਈ ਔਰ ਬੱਚੇ ਹੋ ਗਏ ਨੇ, ਤੇ ਤੁਹਾਡੀ ਕੁਛ ਰਿਸਪੋਂਸੀਬਿਲਿਟੀਜ਼ ਨੇ, ਉਹਨਾਂ ਨੂੰ ਸਮਝੋ, ਇਸ ਚੀਜ਼ ਨੂੰ ਸਮਝੋ। ਸਾਡੀ ਇੰਡੀਅਨ, ਸਾਡੇ ਰਿਸ਼ਤਿਆਂ ਦਾ ਆਪਾਂ ਵੈਸਟਰਨ ਕਲਚਰ ਵਿੱਚ ਨਹੀਂ ਰਹਿੰਦੇ, ਸਾਡਾ ਸਾਰੀ ਜ਼ਿੰਦਗੀ ਦਾ ਪਰਿਵਾਰ ਹੈ। ਤੇ ਸਮਝਾਇਆ ਦੋਨਾਂ ਨੂੰ, ਕੁਛ ਗਲਤੀਆਂ ਦੋਨਾਂ ਦੀਆਂ ਨੇ, ਪਰ ਉਮੀਦ ਹੈ ਕਿ ਅੱਜ ਰਿਸ਼ਤੇਦਾਰਾਂ ਦੀ ਐਂਟਰੀ ਸਟ੍ਰਿਕਟਲੀ ਬੈਨ ਕਰਤੀ ਹੈ। ਤੇ ਇਸ ਚੀਜ਼ ਨੂੰ ਲੈਂਬਰ ਨੂੰ ਸਮਝਾਇਆ ਕਿ ਤੁਸੀਂ ਇਸ ਸੱਚ ਨੂੰ ਐਕਸੈਪਟ ਕਰੋ, ਇਹੋ ਜਿਹਾ ਕੁਛ ਬੈਲੈਂਸ ਕਰੋ, ਬੱਚੀ ਜਵਾਨ ਹੋ ਰਹੀ ਹੈ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਬੱਚੀ ਆਪਣੇ ਮਨ ਦਿਲੋ ਦਿਮਾਗ ਵਿੱਚ ਕੀ ਧਰ ਲੈਗੀ। ਉਹਦੇ ਛੋਟੇ ਟਵਿੰਸ ਬੇਟੇ ਨੇ ਇੰਨੇ ਸੋਹਣੇ ਰੋ ਪਏ, ਉਹ ਬੱਚੇ ਰੋ ਪਏ, ਬੱਚਿਆਂ ਨੂੰ ਫਿਰ ਸਵੀਟਸ ਮੰਗਾਈ। ਤਿੰਨੋਂ ਬੱਚਿਆਂ ਦਾ ਕੰਸਰਨ ਇਹੋ ਨਜ਼ਰ ਆਇਆ ਕਿ ਪਾਪਾ ਮੰਮੀ ਇਕੱਠੇ ਰਹਿਣ। ਹਾਂਜੀ ਸੁਖਵਿੰਦਰ ਜੀ, ਤੁਸੀਂ ਸੁਣਿਆ, ਵੇਖੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਸਾਰਾ ਹੱਲ ਜਿਹੜਾ ਹੈਗਾ ਆ ਵਿਦਨ ਮੇਰੇ ਖਿਆਲ ਨਾਲ ਘੰਟੇ ਦੋ ਘੰਟਿਆਂ ਦੇ ਵਿੱਚ ਹੀ ਕੱਢ ਦਿੱਤਾ। ਜਿਹੜੀ ਗੱਲ ਸਾਹਮਣੇ ਆਈ ਹੈ ਕਿ ਰਿਸ਼ਤੇਦਾਰਾਂ ਦੀ ਇਨਵੋਲਵਮੈਂਟ ਸਭ ਤੋਂ ਜ਼ਿਆਦਾ ਉਹਨਾਂ ਦੀ ਉਹਦੇ ਵਿੱਚ ਸੀ, ਅਤੇ ਉਹਨਾਂ ਨੇ ਕਹਿ ਵੀ ਦਿੱਤਾ ਕਿ ਉਹਨਾਂ ਨੂੰ ਬਿਲਕੁਲ ਬੈਨ ਜਿਹੜਾ ਹੈਗਾ ਕਰ ਦਿੱਤਾ ਹੈਗਾ ਕਿ ਉਹ ਉਹਨਾਂ ਦੇ ਘਰ ਨਹੀਂ ਜਾ ਸਕਦੇ ਹੈਗੇ। ਅਤੇ ਦੱਸੋ ਕਿ ਇੱਕ ਲੇਡੀਜ਼ ਹੋਣ ਦੇ ਨਾਤੇ ਹੁਣ ਇਹਨਾਂ ਨੇ ਨਾ ਲੇਡੀਜ਼ ਨੂੰ ਥੱਲੇ ਡਿੱਗਣ ਦਿੱਤਾ ਅਤੇ ਨਾ ਜੈਂਟਸ ਨੂੰ ਥੱਲੇ ਡਿੱਗਣ ਦਿੱਤਾ।
ਬਰਾਬਰਤਾ ਦੀ ਗੱਲ ਕਰਕੇ ਬਰਾਬਰਤਾ ਜਿਹੜੀ ਹੈਗੀ ਹੈ ਦਿਖਾਈ ਹੈ ਇਹਨਾਂ ਨੇ ਆਪਣੇ ਫੈਸਲੇ ਦੇ ਨਾਲ। ਇਹਨੂੰ ਕਹਿੰਦੇ ਨੇ ਲੇਡੀਜ਼ ਐਂਡ ਜੈਂਟਸ ਦੀ ਬਰਾਬਰਤਾ। ਇਹ ਨਹੀਂ ਹੈਗਾ ਕਿ ਜੇ ਲੇਡੀਜ਼ ਵੀ ਕੰਮ 'ਤੇ ਜਾਂਦੀ ਹੈ ਅਤੇ ਉਹ ਕਹੇ ਕਿ ਹਾਂ ਮੈਂ ਥੱਕੀ ਆਈ ਹਾਂ ਅਤੇ ਮੈਂ ਰੋਟੀ ਨਹੀਂ ਘਰ 'ਚ ਪਕਾਉਣੀ ਹੈਗੀ, ਅਤੇ ਜੇ ਬੰਦਾ ਕਹੇ ਕਿ ਮੈਂ ਥੱਕਿਆ ਆਇਆਂ ਅਤੇ ਮੈਂ ਇੱਥੋਂ ਗਲਾਸ ਚੁੱਕ ਕੇ ਅਤੇ ਕਿਚਨ 'ਚ ਨਹੀਂ ਰੱਖਣਾ ਹੈਗਾ, ਇਹਨੂੰ ਤਾਂ ਨਹੀਂ ਬਰਾਬਰਤਾ ਕਹਿ ਸਕਦੇ ਅਸੀਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਰਣਜੀਤ ਜੀ ਤੁਸੀਂ ਬਹੁਤ ਸੋਹਣੀ ਗੱਲਾਂ ਕੀਤੀਆਂ, ਇਹਨਾਂ ਦੀ ਸਟੋਰੀ ਸੁਣ ਕੇ ਬਹੁਤ ਹੀ ਚੰਗੇ ਘਰ ਦੀ ਕੁੜੀ ਉਹ ਹੋਊਗੀ ਵੀ ਜੇ ਨੇ ਇੰਨੇ ਪਿਆਰ ਦੇ ਨਾਲ ਦੋਨਾਂ ਨੂੰ ਇਕਲ ਵਿੱਚ ਰੱਖਿਆ, ਇੱਕ ਨੇ ਕਿਸੇ ਨੂੰ ਉੱਚਾ ਚੱਕਿਆ, ਇੱਕ ਨੂੰ ਕਿਸੇ ਨੇ ਥੱਲੇ ਕੀਤਾ, ਉਹਨਾਂ ਨੇ ਬੜੇ ਪਿਆਰ ਦੇ ਨਾਲ ਸਮਝਾਇਆ, ਉਹਨਾਂ ਨੂੰ ਇਕੱਠੇ ਕੀਤਾ, ਉਹਨੇ ਦੇਖੋ ਸੋਚਿਆ ਕਿ ਨਹੀਂ, ਕਹਿੰਦੇ ਬੇਟੀ ਆ ਬੇਟਾ ਆ, ਦੇਖੋ ਉਹਨਾਂ ਬੱਚਿਆਂ ਤੇ ਵੀ ਕਿੰਨਾ ਅਸਰ ਪਿਆ, ਬੱਚੇ ਰੋ ਰਹੇ ਆ, ਘਰ ਦੇ ਜਿਹੜੇ ਲੋਕੀ ਤਮਾਸ਼ਾ ਦੇਖਦੇ ਆ ਉਹਨਾਂ ਨੇ ਕਿੱਦਾਂ ਬੈਠ ਕੇ ਉਹਨਾਂ ਨੂੰ ਸਮਝਾਇਆ। ਜੇ ਇਹਨੂੰ ਪਹਿਲੀ ਤੇ ਗੱਲ ਹੈ ਨਾ, ਔਰਤ ਨੇ ਇਹ ਕੰਮ ਨਹੀਂ ਸੀ ਕਰਨਾ ਤਾਂ ਨਾਲ ਉਹ ਲੈਂਬਰ ਸੈਨਪੁਰੀ ਦੀ ਵੀ ਗਲਤੀ ਆ, ਉਹਨੇ ਵੀ ਨਾ ਹੀ ਸੀ ਪੁੱਠੇ ਕੰਮ ਕਰਨੇ, ਸੋਚਦਾ ਲੰਮਾ ਗਾਂ ਫੀਚਰ ਆ, ਤੁਹਾਡੀ ਬੇਟੀ ਜਵਾਨ ਆ, ਤੁਹਾਡਾ ਬੇਟਾ ਜਵਾਨ ਹੋਣ ਵਾਲਾ, ਉਹਨਾਂ ਤੇ ਕੀ ਅਸਰ ਪੈਂਦਾ ਦੇਖੋ ਹੁਣ ਦੁਨੀਆਂ ਚ ਤੇ ਜੋ ਹੋਣਾ ਤੇ ਉਹ ਤਾਂ ਰਣਜੀਤ ਜੀ ਹੋ ਗਏ। ਬਿਲਕੁਲ, ਹੁਣ ਇਹ ਕਹਿੰਦੇ ਆ ਇਹਨਾਂ ਦਾ ਆਪਸ ਵਿੱਚ ਤਵਾਕ ਰਵੇ ਚੰਗੇ ਰਹਿਣ, ਗਾਂ ਬੱਚਿਆਂ ਦਾ ਫਿਊਚਰ ਆ, ਬੱਚਿਆਂ ਨੂੰ ਗਾਂ ਵਿਆਹਣਾ, ਉਹ ਕਿੱਦਾਂ ਵਿਆਹ ਹੋਣਗੇ, ਜਦੋਂ ਕੋਈ ਰਿਸ਼ਤਾ ਆਊਗਾ ਪਹਿਲਾਂ 10 ਵਾਰੀ ਉਗਲਿਆਂ ਨੂੰ ਪੁੱਛਣਾ ਜੀ ਆਹ ਤਾਂ ਮੀਡੀਆ ਤੱਕ ਤੁਹਾਡੀ ਗੱਲ ਚੱਲੀ ਗਈ। ਇਹ ਦੇਖੋ ਕੋਈ ਐਸਾ ਮੌਕਾ ਵੀ ਹੁੰਦਾ ਰਣਜੀਤ ਜੀ, ਇਹ ਬੱਸ ਦੀ ਗੱਲ ਨਹੀਂ, ਕਦੋਂ ਜਦੋਂ ਬੰਦੇ ਦੇ ਨਾ ਕਹਿੰਦੇ ਹੁੰਦੇ ਭੂਤ ਪ੍ਰੇਤ ਸਿਰ ਤੇ ਚੜ੍ਹ ਜਾਂਦੇ, ਹਕਾਰ ਚੜ੍ਹ ਜਾਂਦਾ, ਉਦੋਂ ਕਿਸੇ ਦੇ ਸਕੇ ਨਹੀਂ ਹੁੰਦੇ, ਉਹ ਕਹਿੰਦੇ ਜੋ ਮੈਂ ਕਰਦਾ ਮੈਂ ਠੀਕ ਹੀ ਕਰਦਾ। ਬਿਲਕੁਲ, ਉਹ ਪਤਾ ਤਾਂ ਮਗਰੋਂ ਲੱਗਦਾ ਨਾ ਉਹਦਾ ਨਤੀਜਾ ਕੀ ਤੁਹਾਨੂੰ ਜ਼ਿੰਦਗੀ ਚ ਆਉਣਾ, ਹੁਣ ਕਿੱਡਾ ਵੱਡਾ ਨਤੀਜਾ ਆਇਆ ਜ਼ਿੰਦਗੀ ਚ, ਹੁਣ ਇਹਨੂੰ ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਪਤਾ ਲੱਗ ਗਿਆ, ਜੇ ਉਹ ਬੈਠ ਕੇ ਘਰੇ ਆਪ ਸੁਲਾ ਸਫਾਈ ਨਾਲ ਰਹਿ ਲੈਂਦੇ, ਪੜਦੇ ਢੱਕੇ ਰਹਿੰਦੇ, ਕਿਹੜੇ ਗੱਲੋਂ ਸਿਆਣੇ ਕਹਿੰਦੇ ਹੁੰਦੇ ਕਿਸੇ ਦਾ ਰਿਸ਼ਤਾ ਵੀ ਆਉਂਦਾ ਤਾਂ 10 ਵਾਰੀ ਕਹਿੰਦੇ ਨੀ ਇਹ ਪੜਦਾ ਢੱਕੋ, ਕੋਈ ਨੀ ਕਿਸੇ ਦਾ ਧੀ ਵਿਆਹ ਹੁੰਦੀ ਜਾਂ ਪੁੱਤ ਵਿਆਹ ਹੁੰਦਾ, ਆਪਾਂ ਵਿੱਚ ਗਲਤ ਨਹੀਂ ਬੋਲਣਾ ਸਹੀ ਬੋਲਾਂਗੇ। ਉਹ ਜਿਹੜੀ ਚੰਗੀ ਫੈਮਿਲੀ ਉਹ ਚੰਗਾ ਬੋਲਣਗੇ, ਜਿਹੜੀ ਓਦਾਂ ਦੀ ਫੈਮਿਲੀ ਉਹ ਜ਼ਰੂਰ ਚੰਗੇ ਨੂੰ ਵੀ ਮਾੜਾ ਬਣਾ ਦੂ। ਬਿਲਕੁਲ, ਕਿਉਂ ਅਸਰ ਹੀ ਐਸਾ ਪਿਆ ਹੁੰਦਾ, ਤੇ ਹੁਣ ਦੇਖੋ ਚਲੋ ਉਹਨਾਂ ਦੀ ਮਰਜ਼ੀ, ਜਿੱਦਾਂ ਪਰਮਾਤਮਾ ਕਹਿੰਦਾ ਸਭ ਤੇ ਮਿਹਰ ਕਰੇ, ਇਹਦੀਆਂ ਸੁਣਨ ਤਾਂ ਸਾਰੇ ਇਹਦਾ ਵਿਊਜ਼ ਵੀ ਛੱਡਣ, ਸਾਨੂੰ ਦੱਸਣ ਵੀ ਇਹ ਕਿਉਂ ਏਦਾਂ ਹੋਇਆ, ਇਹ ਹੋਣਾ ਚਾਹੀਦਾ ਸੀ, ਕਿਉਂਕਿ ਇੱਕ ਹਾਂਜੀ ਇੱਕ ਵੀਡੀਓ ਆਪਣੇ ਕੋ ਉਹਨਾਂ ਦੀ ਹੀ ਇੱਕ ਹੋਰ ਆਈ ਹੋਈ ਆ, ਕਲਿੱਪ ਆਪਣੇ ਕੋ ਪਿਆ ਹੋਇਆ, ਉਹ ਵੀ ਤਿਆਰ ਹੈ, ਉਹ ਵੀ ਦਿਖਾਉਣਾ ਚਾਹੁੰਦੇ ਆ ਕਿ ਲੋਕੀ ਦੇਖਣ ਇਹ ਚੀਜ਼ ਨੂੰ। ਲਈ ਬਹੁਤ ਧੰਨਵਾਦ। ਅੱਜ ਮੈਨੂੰ ਇਹ ਲੱਗ ਰਿਹਾ ਸੀ ਕਿ ਜਦੋਂ ਪਹਿਲੀ ਹੀਅਰਿੰਗ ਵਿੱਚ ਲੈਂਬਰ ਸਾਡੇ ਕੋਲ ਆਏ ਸਨ, ਉਹਨਾਂ ਦਾ ਕੰਸਰਨ ਜੋ ਨਜ਼ਰ ਆਇਆ ਉਹਨਾਂ 'ਚ ਇੱਕ ਮੇਰਾ ਇੱਕ ਮੇਲ ਨੂੰ ਵੁਮੈਨ ਕਮਿਸ਼ਨ ਹੁੰਦੇ ਹੋਏ ਸਪੋਰਟ ਕਰਨ ਦਾ ਇੱਕ ਰੀਜ਼ਨ ਹੈ, ਮੈਂ ਹਮੇਸ਼ਾ ਤੋਂ ਸੱਚ ਦਾ ਸਾਥ ਦਿੱਤਾ, ਇਹੋ ਜਿਹੀ ਕਿ ਇਹਨਾਂ ਲੋਕਾਂ ਨੂੰ ਕੌਣ ਸਪੋਰਟ ਕਰੇਗਾ। ਆਪਾਂ ਕੋਰਟ ਔਰ ਥਾਣਿਆਂ 'ਚ ਜਦੋਂ ਚੱਲੇ ਜਾਂਦੇ ਨੇ ਨਾ, ਸਾਡਾ ਦੇਸ਼ ਦਾ ਜਿਹੜਾ ਇੱਕ ਲਾਅ ਹੈ ਉਹ ਲਚੀਲਾ। ਲੈਂਬਰ ਜਦੋਂ ਫਸਟ ਹੀਅਰਿੰਗ 'ਚ ਆਇਆ, ਇੱਕ ਬੜੀ ਪੋਜ਼ਿਟਿਵ ਗੱਲ ਨਿਕਲ ਕੇ ਆਈ ਕਿ ਉਹਨੇ ਆਪਣੀ ਵਾਈਫ ਔਰ ਬੱਚਿਆਂ ਦੇ ਅਗੇਂਸਟ, ਜੋ ਕਿ ਜਿਸ ਤਰ੍ਹਾਂ ਦੇ ਵੀਡੀਓ ਆ ਰਹੇ ਸੀ, ਬੱਚੇ ਜੋ ਬੋਲ ਰਹੇ ਸੀ, ਕੁਛ ਵੀ ਨਹੀਂ ਬੋਲਿਆ, ਰੋ ਪਿਆ ਉਹ, ਅਤੇ ਮੈਂ ਸਟੈਂਡ ਲਿੱਤਾ। ਅੱਜ ਉਹਨਾਂ ਨੂੰ ਮੈਂ 2.5 ਘੰਟੇ ਕਾਉਂਸਲਿੰਗ ਕੀਤੀ ਉਹਨਾਂ ਦੀ,
ਫੈਮਿਲੀ ਦੀ, ਬੜਾ ਅੱਛਾ ਲੱਗਾ। ਬਹੁਤ ਸਾਰੀ ਗੱਲਾਂ ਸਨ ਜਿਹਦੇ 'ਤੇ ਉਹਨਾਂ ਦੀ ਵਾਈਫ ਰੋਜ਼ੀ ਨੇ ਮੇਰੇ ਨਾਲ ਪਰਸਨਲੀ ਇਕੱਲੇ 'ਚ ਬੈਠ ਕੇ ਵੀ ਸ਼ੇਅਰ ਕੀਤੀਆਂ। ਮੈਂ ਉਹਨਾਂ ਨੂੰ ਇੱਕ ਸੱਚ ਦਿਖਾਇਆ, ਇੱਕ ਆਈਨਾ ਉਹ ਸੱਚ ਦਿਖਾਇਆ ਕਿ ਦੇਖੋ ਇਹ 4 ਦਿਨ ਦਾ ਮੇਲਾ ਹੈ, ਮੀਡੀਆ ਤੁਹਾਨੂੰ ਸਪੋਰਟ ਕਰ ਰਹੀ, ਮੀਡੀਆ ਕੋਲ ਬਹੁਤ ਹੋਰ ਸਾਰੇ ਸਮਾਜ ਦੇ ਇਸ਼ੂਜ਼ ਨੇ, ਅੱਜ ਤੁਹਾਨੂੰ ਸਪੋਰਟ ਕਰ ਰਿਹਾ, ਤੁਹਾਡਾ ਇੱਕ ਸੱਚ ਤੁਹਾਡੇ ਪਰਿਵਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਥਾਣੇ ਜਾਂ ਕੋਰਟ ਕਚਹਿਰੀਆਂ 'ਚ ਨਾ ਜਾਓ। ਮੀਡੀਆ ਦਾ ਕੁਛ ਚੈਨਲਸ ਨੇ ਹੁੰਦੇ ਬੱਚਿਆਂ ਦੀ ਜਿਹੜੀ ਦਿਖਾਈ, ਉਹ ਵੀ ਆਪਾਂ ਉਹਨਾਂ ਨੂੰ ਕਿਹਾ ਗਲਤ ਹੈ, ਕੁਛ ਚੈਨਲਾਂ ਨੇ ਉਹ ਵੀਡੀਓ ਹਟਾ ਵੀ ਦਿੱਤੇ ਨੇ। ਅਤੇ ਉਹਨਾਂ ਦੀ ਵਾਈਫ ਨੂੰ ਸਮਝਾਇਆ ਕਿ ਆਪਾਂ ਤੁਹਾਡੀ ਮਿਲ ਕੇ ਕਾਉਂ, ਜਿੱਥੇ ਲੈਮਰ ਗਲਤ ਹੈ ਉਹਨੂੰ ਦੱਸਿਆ ਗਿਆ ਤੁਸੀਂ ਗਲਤ ਹੋ, ਇੱਕ ਔਰਤ ਦਾ ਜੋ ਹੱਕ ਹੈ। ਪਰ ਲੈਮਰ ਦੀ ਸ਼ਿਕਾਇਤ ਆਪਣੀ ਸਾਲੀਆਂ ਨੂੰ ਲੈ ਕੇ ਹੀ ਸੀ, ਇੰਟਰਫੇਰੈਂਸ। ਅਤੇ ਇਹ ਸਾਡੀ ਇੰਡੀਅਨ ਸੋਸਾਇਟੀ ਦਾ ਨਾ ਇੱਕ ਸੱਚ ਹੈ, ਜਦੋਂ ਰਿਸ਼ਤੇਦਾਰਾਂ ਦੀ ਇਨਵੋਲਵਮੈਂਟ ਵੱਧ ਜਾਂਦੀ ਹੈ ਨਾ ਇੱਕ ਮੈਰਿਜ ਤੋਂ ਬਾਅਦ, ਇੱਕ ਸਾਡੀ ਇੰਡੀਅਨ ਵਿਮੈਨ ਦਾ ਜਿਹੜੀ ਪ੍ਰਾਇਓਰਿਟੀ ਹੈ ਉਹਦੇ ਆਪਣੇ ਬੱਚੇ ਔਰ ਸਿਰਫ ਹਸਬੈਂਡ ਹੀ ਨੇ। ਅੱਜ ਤੁਸੀਂ ਜੇ ਮੈਨੂੰ ਪੁੱਛੋ ਕਿ ਸ਼ਾਦੀ ਤੋਂ ਬਾਅਦ ਹੀ ਮੇਰੀ ਪ੍ਰਾਇਓਰਿਟੀਜ਼ ਵੀ ਚੇਂਜ ਹੋ ਗਈਆਂ ਸੀ, ਦੇਖੋ ਇਹ ਇੱਕ ਸੱਚ ਹੈ ਕਿ ਜਦੋਂ ਪੇਰੈਂਟਸ ਪਾਲ ਪੋਸ ਕੇ ਸਾਡਾ ਵਿਆਹ ਕਰਦੇ ਨੇ ਤਦ ਤੱਕ ਹੀ ਜਦ ਤੱਕ ਆਪਾਂ ਲਾਵਾਂ ਨਹੀਂ ਲੈਂਦੇ ਸਾਡੀ ਪ੍ਰਾਇਓਰਿਟੀ ਪੇਰੈਂਟਸ ਰਹਿੰਦੇ ਨੇ, ਫਿਰ ਉਸ ਤੋਂ ਬਾਅਦ ਇੱਕ ਸਭ ਤੋਂ ਵੱਡਾ ਕੰਸਰਨ ਹਸਬੈਂਡ ਹੋ ਜਾਂਦਾ। ਜਦੋਂ ਮਾਂ ਬਣ ਜਾਂਦੇ ਹੋ ਤਾਂ ਹਸਬੈਂਡ ਵੀ ਸੈਕਿੰਡ ਪ੍ਰਾਇਓਰਿਟੀ 'ਤੇ ਆ ਜਾਂਦਾ। ਅਤੇ ਉਹਨਾਂ ਦੀ ਵਾਈਫ ਨੂੰ ਇਹ ਸਮਝਾਇਆ ਗਿਆ, ਅਤੇ ਜੋ ਜੈਨੂਅਨ ਉਹਨਾਂ ਦੀ ਕੰਪਲੇਂਟ ਸੀ ਲੈਮਰ ਨੂੰ ਵੀ ਸਮਝਾ ਦਿੱਤਾ ਗਿਆ ਕਿ ਬੱਚਿਆਂ ਨੂੰ ਲੈ ਕੇ ਵੀ ਜਿਹੜੀਆਂ ਸ਼ਿਕਾਇਤਾਂ ਨੇ ਤੁਸੀਂ ਇੱਕ ਪਰਿਵਾਰ ਹੈ, ਬੈਲੈਂਸ ਕਰੋ ਇਨ ਚੀਜ਼ਾਂ ਨੂੰ, ਐਗਰੀ ਕੀਤਾ ਉਹਨਾਂ। ਹਾਂਜੀ ਸੁਖਵਿੰਦਰ ਜੀ, ਇਹ ਸੁਣਿਆ ਜੇ ਕਿ ਬੜੇ ਬੜੇ ਤਰੀਕੇ ਦੇ ਨਾਲ ਵੇਖ ਲਓ ਕਿ ਉਹਨਾਂ ਨੇ ਸਾਰਾ ਮਸਲੇ ਦਾ ਜਿਹੜਾ ਹੈਗਾ ਹੱਲ ਕੱਢ ਦਿੱਤਾ ਹੈਗਾ, ਉਹਨਾਂ ਨੇ ਸਮਝਾ ਵੀ ਦਿੱਤਾ ਹੈਗਾ ਕਿ ਬੱਚਿਆਂ ਨੂੰ ਵੀ ਲੋਕ ਬਖਸ਼ਦੇ ਨਹੀਂ ਹੈਗੇ। ਇੱਥੇ ਸਿੱਖ ਲੈਣਾ ਚਾਹੀਦਾ, ਕਿਉਂਕਿ ਇਹ ਤਾਂ ਮੈਂ ਗੱਲ ਕਰ ਰਿਹਾ ਕਿ ਸਿੱਖ ਲੈਣਾ ਚਾਹੀਦਾ, ਬੱਚਿਆਂ ਦੇ ਕੋਲੋਂ ਵੀ ਉਹਦੇ ਪਿਓ ਦੇ ਖਿਲਾਫ ਜਿਹੜਾ ਹੈਗਾ ਭੜਕਾਇਆ ਗਿਆ ਕਿ ਤੁਸੀਂ ਮੀਡੀਆ ਦੇ ਵਿੱਚ ਇਹੋ ਜਿਹੇ ਬਿਆਨ ਦੇਣੇ ਨੇ। ਹੁਣ ਬੱਚੇ ਤਾਂ ਮੰਨ ਕੇ ਸੱਚੇ, ਜੇ ਗੱਲ ਕਰੀਏ ਉਹਨਾਂ ਨੇ ਜੋ ਕਹਿ ਦੇਣਾ, ਉਹਨਾਂ ਨੇ ਮਾਂ ਨੂੰ ਰੋਂਦੀ ਨੂੰ ਦੇਖਿਆ ਕਿ ਭਾਵੇਂ ਮਾਂ ਉਸ ਤਰ੍ਹਾਂ ਹੀ ਰੋ ਰਹੀ ਹੈ, ਪਰ ਉਹਨਾਂ ਨੇ ਮਾਂ ਨੂੰ ਰੋਂਦੀ ਨੂੰ ਵੇਖ ਲਿਆ ਤਾਂ ਉਹਨਾਂ ਦੇ ਦਿਮਾਗ 'ਚ ਇਹ ਜਿਹੜਾ ਹੈਗਾ ਪਾ ਦਿੱਤਾ ਗਿਆ ਕਿ ਤੁਹਾਡੇ ਪਿਓ ਦੀ ਵਜ੍ਹਾ ਨਾਲ ਤੁਹਾਡੀ ਮਾਂ ਰੋ ਰਹੀ ਹੈ, ਅਤੇ ਤੁਸੀਂ ਇਹ ਬਿਆਨ ਦਿਓਗੇ ਤਾਂ ਤੁਹਾਡੇ ਪਿਓ ਨੂੰ ਤਾਂ ਕੋਈ ਨਾ ਕੋਈ ਸਜ਼ਾ ਮਿਲੇਗੀ ਤੁਹਾਡੀ ਮਾਂ ਨੂੰ ਰਵਾਉਣ ਦੀ। ਹੁਣ ਦੇਖੋ ਕਿੰਨਾ ਗਲਤ ਕੰਮ ਕੀਤਾ, ਅਤੇ ਇਸ ਲਈ ਇਹ ਵੀ ਲੇਡੀ ਹੈ ਨਾ, ਇਹ ਵੀ ਮੈਂ ਕਹਿੰਦਾ ਕਿ ਇਹ ਕੋਈ ਕੀ ਕਹਿੰਦੇ ਨੇ ਉੱਪਰੋਂ ਤਾਂ ਨਹੀਂ ਉੱਤਰ ਕੇ ਆਈ ਸਪੈਸ਼ਲ ਇਸੇ ਕੇਸ ਨੂੰ ਹੱਲ ਕਰਨ ਵਾਸਤੇ। ਇਹਨੇ ਵੀ ਜਨਮ ਲਿਆ, ਇਹਨੇ ਵੀ ਸਾਰਾ ਕੁਛ ਦੁਨੀਆਦਾਰੀ ਦੇਖੀ ਹੈ, ਦੇਖ ਕੇ ਇਹਨਾਂ ਨੂੰ ਵੀ ਐਕਸਪੀਰੀਅੰਸ ਹੈ ਕਿ ਕਿਹੜਾ ਬੰਦਾ ਕਿੱਥੇ ਜਿਹੜਾ ਹੈਗਾ ਮੰਨ ਸਕਦਾ ਜਾਂ ਕਿਸ ਤਰ੍ਹਾਂ ਫੈਸਲੇ ਦਾ ਹੱਲ ਇਸ ਗੱਲ ਦਾ ਹੱਲ ਹੋ ਸਕਦਾ। ਹਾਂਜੀ ਦੇਖੋ ਲੈਂਬਰ ਸੈਨਪੁਰੀ ਜਦੋਂ ਉਹਦੇ ਬੱਚੇ ਉਹਦੇ ਵਾਸਤੇ ਉਹਦੇ ਪਿਤਾ ਵਾਸਤੇ ਗਲਤ ਬੋਲਦੇ ਸੀ, ਦੇਖੋ ਕਹਿੰਦੇ ਰੋਂਦਾ ਸੀ, ਉਹ ਵੀ ਬੋਲ ਸਕਦਾ ਸੀ। ਉਹਨੇ ਲੰਮੀ ਸੋਚੀ ਕਿ ਉਹਨੇ ਕਿਹਾ ਵੀ ਮੈਂ ਮੇਰੇ ਬੱਚੇ ਬੋਲਦੇ, ਉਹ ਤਾਂ ਉਹਦੀ ਮਦਰ ਦਾ ਬੱਚਿਆਂ ਦੀ ਮਦਰ ਦਾ ਕੰਮ ਆ ਨਾ, ਕਿ ਬਾਕੀ ਬੱਚੇ ਮਾਂ ਦੀ ਸਾਈਡ ਲੈਂਦੇ ਆ, ਲੈਣੀ ਵੀ ਚਾਹੀਦੀ, ਪਿਤਾ ਦੀ ਵੀ ਲਓ, ਇਹ ਨੀ ਕੱਲੀ ਮਾਂ ਦੀ ਲਓ। ਜਿੱਥੇ ਜਿਹੜਾ ਪੇ ਗਲਤ ਹੈ ਪੇ ਨੂੰ ਬੋਲੋ, ਜੇ ਮਾਂ ਗਲਤ ਹੈ ਮਾਂ ਦੇ ਬਾਰੇ ਕਹੋ, ਇਹ ਨੀ ਵੀ ਤੁਸੀਂ ਮਾਂ ਭਾਵਾਂ ਗਲਤ ਵੀ ਹੋਵੇ ਤਾਂ ਉਹਨੂੰ ਕਹਿਣਾ ਸੀ ਜੀ ਸਾਡੀ ਮਾਂ ਤਾਂ ਸਹੀ ਆ। ਇਹ ਬਹੁਤ ਵੱਡੀ ਗੱਲ ਆ, ਇਹ ਨਹੀਂ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਆ ਕਿ ਬੱਚੇ ਹੁਣ ਵੀ ਉਹੀ ਬੱਚੇ ਸੋਚਦੇ ਹੋਣਗੇ ਕਿ ਅਸੀਂ ਪਿਤਾ ਨੂੰ ਕਿੱਦਾਂ ਬੋਲਦੇ ਸੀ ਗਲਤ। ਉਹ ਮਾਂ ਨੇ ਨੀ ਸੋਚਿਆ ਕਿ ਉਹ ਮੈਂ ਆਪਦੇ ਬੱਚਿਆਂ ਤੋਂ ਗਲਤ ਕਹਿ ਰਹੇ, ਤੂੰ ਜਾਂ ਕਹਿਣਾ ਵਾਈਫ ਕਹਿੰਦੀ ਜੋ ਮਰਜ਼ੀ ਕਵੇ, ਤੇ ਬੱਚਿਆਂ ਤੋਂ ਕਈ ਤੁਸੀਂ ਕਹਾਉਂਦੇ ਆ। ਇਹ ਬਹੁਤ ਵੱਡੀ ਗੱਲ ਹੈ ਕਿ ਬੱਚਿਆਂ ਤੇ ਬਹੁਤ ਅਸਰ ਪੈਂਦਾ ਆ ਕਿ ਬੱਚਿਆਂ ਨੂੰ ਚੰਗੇ ਕੰਮ ਸਿਖਾ ਲਓ,
ਤੇ ਗਾਂ ਉਹਨਾਂ ਦੇ ਵਿਆਹ ਹੋਣੇ ਆ, ਉਹਨਾਂ ਨੇ ਵੀ ਆਪਣੇ ਘਰ ਵਸਾਉਣੇ, ਉਹ ਕਿੱਦਾਂ ਉਹਨਾਂ ਤੇ ਕਿੱਦਾਂ ਅਸਰ ਪਊਗਾ? ਜੇ ਅਸੀਂ ਬੱਚਿਆਂ ਨੂੰ ਤੁਸੀਂ ਮੱਤ ਦੇ ਦੋਗੇ ਤਾਂ ਇਹ ਨੀ ਸੋਚੂਗਾ ਵੀ ਮੈਂ, ਮੈਨੂੰ ਇੱਥੋਂ ਗਲਤ ਹੈ ਕਿ ਮੈਂ ਸਹੀ ਹਾਂ। ਉਹਨੇ ਜੋ ਸਿੱਖਿਆ ਆ, ਉਹਦੀ ਮਾਂ ਨੇ ਸਿਖਾ ਲਿਆ, ਜੋ ਉਹਦੇ ਪਿਤਾ ਨੇ ਸਿਖਾ ਲਿਆ, ਉਹ ਬੱਚੇ ਤੇ ਅਸਰ ਰਣਜੀਤ ਜੀ ਹਮੇਸ਼ਾ ਹੀ ਪੈਂਦਾ ਰਹਿੰਦਾ ਆ, ਹਮੇਸ਼ਾ ਪਿਆ ਰਹਿੰਦਾ ਆ। ਜੇ ਕੁਝ ਕੁ ਫੋਟੋਆਂ ਵੀ ਮੈਂ ਨਾਲੋ ਨਾਲ ਦਿਖਾ ਰਿਹਾ ਹੈਗਾ ਕਿ ਵੇਖ ਲਓ ਕਿ ਹੁਣ ਇੱਕ ਪਰਿਵਾਰ ਜਿਹੜਾ ਟੁੱਟਣ ਲੱਗਾ ਸੀ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ, ਤੇ ਵੇਖ ਲਓ ਕਿ ਉਹ ਜਿਹੜਾ ਹੈਗਾ ਪਰਿਵਾਰ ਜਿਹੜਾ ਹੈਗਾ ਆ ਦੁਬਾਰਾ ਜਿਹੜਾ ਹੈਗਾ ਜੁੜ ਗਿਆ। ਇੱਕ ਕਲਿੱਪ ਆਪਣੇ ਕੋਲ ਹੋਰ ਵੀ ਹੈਗਾ, ਮੈਂ ਉਹ ਵੀ ਆਖਿਰ ਦੇ ਵਿੱਚ ਲਾਉਣਾ ਚਾਹੁੰਦਾ, ਉਹ ਵੀ ਲੋਕ ਸੁਣਨ ਤੇ ਪਤਾ ਲੱਗ ਸਕੇ। ਘਰੇਲੂ ਸਾਡੇ ਅਸੀਂ ਜਿਹੜਾ ਡਿਸਪਿਊਟ ਸੀਗਾ ਉਹ ਅੱਜ ਖਤਮ ਹੋ ਗਿਆ ਜੀ, ਬਸ ਇਹੀ ਸੀਗਾ, ਬਸ ਕੁਛ ਗਲਤ ਫਹਿਮੀਆਂ ਸੀਗੀਆਂ ਬੱਚਿਆਂ ਨੂੰ ਜਾਂ ਮੈਨੂੰ ਸੀ, ਉਹ ਦੂਰ ਹੋ ਗਿਆ, ਤੇ ਬਸ ਤੀਸਰੇ ਬੰਦੇ ਦਾ ਕੋਈ ਕੰਮ ਨਹੀਂ ਸਾਡੀ ਫੈਮਿਲੀ ਦੇ ਵਿੱਚ, ਬਸ ਅਸੀਂ ਆਪਸ ਵਿੱਚ ਠੀਕ ਰਵਾਂਗੇ। ਕੋਈ ਵੀ ਰਿਸ਼ਤੇਦਾਰ ਭਾਈ ਭਰਾ ਕੋਈ ਵੀ ਸਾਡਾ ਵੀ ਆ ਜਾਂ ਇੱਧਰੋਂ ਵੀ ਆ ਕੋਈ ਵੀ, ਤੇ ਉਹ ਉਹਨਾਂ ਨੂੰ ਪਤਾ। ਹਾਂਜੀ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਇਹ। ਹਾਂਜੀ ਸੁਖਵਿੰਦਰ ਜੀ, ਇਹ ਹੁਣ ਤੁਸੀਂ ਵੀ ਸੁਣਿਆ ਕਿ ਬਾਹਰਲੇ ਜਿਹੜੇ ਹੈਗੇ ਨੇ ਬੰਦਿਆਂ ਦੀ ਇਨਵੋਲਵਮੈਂਟ ਕਰਕੇ ਉਹਨਾਂ ਦਾ ਘਰ ਟੁੱਟਣ ਲੱਗਾ ਸੀ, ਪਰ ਇਸ ਲੇਡੀ ਨੂੰ ਸਲਾਮ ਹੈ ਮੈਂ ਕਰਦਾ ਕਿ ਇਸ ਲੇਡੀ ਨੇ ਜਿਹੜਾ ਹੈਗਾ ਇੱਕ ਘਰ ਟੁੱਟਣ ਤੋਂ ਜਿਹੜਾ ਹੈਗਾ ਬਚਾ ਲਿਆ ਹੈਗਾ। ਹਾਂਜੀ ਹਾਂਜੀ ਬਹੁਤ ਉਹਨੂੰ ਕਹਿੰਦੇ ਸ਼ਾਬਾਸ਼ ਇੱਦਾਂ ਦੇ ਕੰਮ ਬਚਿਆ ਕਿ ਉਹ ਮੇਰੀ ਟ੍ਰੇਨਿੰਗ ਕੀਤੀ ਹੁੰਦੀ ਹੈ ਬੱਚੇ ਨੂੰ, ਮਾਂ ਪਿਓ ਦਾ ਵੀ ਹੁੰਦਾ ਬੱਚੇ ਦਾ, ਬਹੁਤ ਕਈਆਂ ਦਾ ਕੰਮ ਕਰਦਾ, ਇਸ ਨੂੰ ਕਿੱਦਾਂ ਉਹ ਬਗਾਨੇ ਘਰ ਹੋਊਗੀ ਕਿੱਦਾਂ ਆਪਣਾ ਘਰ ਚਲਾਊਗੀ, ਕਿ ਇਹ ਬੱਚੇ ਨੂੰ ਟ੍ਰੇਨ ਜਾਂਦੀ ਆ, ਇਹ ਪੁੱਤ ਹੋਵੇ ਇਹ ਸਿੱਖਿਆ ਤੇ ਰੰਗ ਪੈਂਦੀ ਆ। ਕਿ ਜਦੋਂ ਤੁਸੀਂ ਗੱਲ ਕਰਨੀ ਕੋਈ ਸਮਝ ਸੇ ਕਰੋ, ਪਹਿਲਾਂ 10 ਵਾਰੀ ਉਸ ਗੱਲ ਨੂੰ ਰਣਜੀਤ ਕੇ ਸੋਚੋ ਕਿ ਅਸੀਂ ਜਵਾਬ ਦੇਣਾ ਜਾਂ ਨਹੀਂ ਦੇਣਾ, ਜੇ ਕੱਢਣੀ ਆ ਜਾਂ ਨਹੀਂ ਕੱਢਣੀ। ਜੇ ਇਹ ਅੰਦਰ ਗੁਫ਼ਤਗੋ ਰਹਿੰਦਾ ਤੇ ਇੰਨੀ ਖਿਚੜੀ ਨਾ ਬਣਦੀ। ਬਿਲਕੁਲ, ਕਿਉਂਕਿ ਲੋਕਾਂ ਦੇ ਵਿੱਚ ਵੀ ਜਿਹੜਾ ਹੈਗਾ ਨਾ ਕਿ ਜਿਸ ਬੰਦੇ ਨੇ ਆਪਣੀ ਪੂਰੀ ਮਿਹਨਤ ਲਾ ਕੇ ਆਪਣਾ ਪੂਰਾ ਟਾਈਮ ਦੇ ਕੇ ਜਿਹੜਾ ਹੈਗਾ ਆ ਇੱਜ਼ਤ ਬਣਾਈ ਹੁੰਦੀ ਹੈ, ਉਸ ਇੱਜ਼ਤ ਨੂੰ ਜਿਹੜਾ ਹੈਗਾ ਆ ਮੁੜ ਕੇ ਇਦਾਂ ਦਾਗ ਲੱਗ ਜਾਏ ਲੋਕਾਂ ਦੀਆਂ ਨਿਗਾਹ ਦੇ ਵਿੱਚ ਜਿਹੜਾ ਹੈਗਾ ਉਹ ਬੰਦਾ ਚੜ ਜਾਵੇ। ਇੱਕ ਤੇ ਚੜ੍ਹਾਈ ਹੁੰਦੀ ਹੈ ਨਾ ਕਿ ਤੁਸੀਂ ਚੰਗੇ ਕੰਮ ਕਰਦੇ ਹੋ ਤੇ ਚੜ੍ਹਾਈ ਤੁਹਾਡੀ ਹੋਈ ਆ, ਲੋਕਾਂ ਦੇ ਦਿਲੋਂ ਦਿਮਾਗ ਦੇ ਵਿੱਚ ਤੁਸੀਂ ਰਾਜ ਕਰ ਰਹੇ ਹੋ। ਦੂਸਰੀ ਜਿਹੜੀ ਹੁੰਦੀ ਹੈ ਚੜ੍ਹਾਈ ਜਿਹੜੀ ਹੁੰਦੀ ਹੈ ਨਾ ਕਿ ਜਦੋਂ ਇਦਾਂ ਘਰ ਦੇ ਮਸਲੇ ਜਦੋਂ ਬਾਹਰ ਚੱਲ ਜਾਣ, ਤੀਸਰਾ ਬੰਦਾ ਇਨਵੋਲਵਮੈਂਟ ਕਰਕੇ ਤੁਹਾਡੇ ਮਸਲੇ ਬਾਹਰ ਲੀਕ ਆਊਟ ਕਰ ਦਿੰਦਾ, ਤੇ ਉਹ ਜਿਹੜੀ ਹੈਗੀ ਹੈ ਦਿਲੋਂ ਦਿਮਾਗ ਦੇ ਵਿੱਚ ਜਿਹੜੀ ਚੀਜ਼ ਇੱਕ ਤੁਸੀਂ ਪੈਦਾ ਕੀਤੀ ਹੁੰਦੀ ਹੈ ਨਾ ਲੋਕਾਂ ਦੇ ਵਿੱਚ ਚੰਗੀ, ਉਹ ਫਿਰ ਆਟੋਮੈਟਿਕਲੀ ਹੌਲੀ 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 ਇਹ ਹੋਰ ਪਾਸੇ ਨੂੰ ਜਿਹੜਾ ਹੈਗਾ ਰੂਪ ਲੈ ਲੈਂਦੀ ਹੈਗੀ ਹੈ, ਤੇ ਜਿਹਦਾ ਅਸਰ ਜਿਹੜਾ ਹੈਗਾ ਆ ਬਹੁਤ ਮਾੜਾ ਜਿਹੜਾ ਹੈਗਾ ਪੈਣਾ ਸ਼ੁਰੂ ਹੋ ਜਾਂਦਾ ਹੈਗਾ। ਤੇ ਕਿਉਂਕਿ ਪ੍ਰੋਗਰਾਮ ਵਿੱਚ ਹੋਰ ਵੀ ਬਹੁਤ ਚੀਜ਼ਾਂ ਕਰਨ ਵਾਲੀਆਂ, ਦੇਖਣ ਵਾਲੀਆਂ ਜਾਂ ਸੁਣਨ ਵਾਲੀਆਂ ਜਾਂ ਕਹਿਣ ਵਾਲੀਆਂ ਸਨ, ਪਰ ਜਿਹੜਾ ਹੈਗਾ ਟਾਈਮ ਜਿਹੜਾ ਹੈਗਾ ਸਾਨੂੰ ਇਜਾਜ਼ਤ ਨਹੀਂ ਦਿੰਦਾ ਹੈਗਾ। ਆਖਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਕਿ ਜਿਹੜੇ ਕੰਨ ਦੇ ਕੱਚੇ ਨੇ, ਉਹਨਾਂ ਬੰਦਿਆਂ ਨੂੰ, ਉਹਨਾਂ ਔਰਤਾਂ ਨੂੰ ਕਿ ਜਿਨ੍ਹਾਂ ਨੇ ਲੋਕਾਂ ਪਿੱਛੇ ਲੱਗ ਕੇ ਆਪਣੇ ਜਿਹੜੇ ਹੈਗੇ ਘਰ ਬਰਬਾਦ ਕਰ ਲਏ ਨੇ?
ਰਣਜੀਤ ਜੀ ਮੈਂ ਤਾਂ ਇਹ ਕਹਿੰਦੀ ਆ ਇਹਨਾਂ ਨੂੰ ਜਿਹੜਾ ਵੀ ਕੋਈ ਹੁਣ ਜਿੱਥੇ ਤੱਕ ਸਾਡੀ ਆਵਾਜ਼ ਆ ਰਹੀ ਆ ਆਪਣੀ ਦੋਨਾਂ ਦੀ ਵੀ ਕਦੇ ਵੀ ਗਾਂਹ ਹੁਣ ਔਰਤਾਂ ਮਰਦ ਸਾਰੇ ਸੋਚਣ ਵੀ ਇਸ ਗੱਲਾਂ ਨੂੰ ਤੁਸੀਂ ਅੰਦਰ ਬੈਠ ਕੇ ਸਮਝਾਓ ਹਸਬੈਂਡ ਬੈਠ ਬੈਠ ਕੇ ਸਮਝੋ ਇੱਕ ਦੂਜੇ ਨਾਲ ਚੱਲ ਹਾਂ ਗੁੱਸਾ ਰਾਜੀ ਹੁੰਦਾ ਨਹੀਂ ਬੰਦਾ ਇੱਕ ਦੂਜੇ ਨਾਲ ਗੱਲ ਕਰਦਾ ਆਪਣੀ ਮਾਂ ਨੂੰ ਸੱਦ ਲਓ ਆਪਦੇ ਪੀ ਨੂੰ ਸੱਦ ਲਓ ਉਹਨਾਂ ਨਾਲ ਬੈਠ ਕੇ ਗੱਲ ਕਰੋ ਉਹ ਤੁਹਾਡਾ ਸਮਝੌਤਾ ਕਰੋ ਕਦੇ ਵੀ ਜ਼ਿੰਦਗੀ ਚ ਏਦਾਂ ਦੀਆਂ ਗੱਲਾਂ ਬਾਹਰ ਨਹੀਂ ਆਉਣੀਆਂ ਚਾਹੀਦੀਆਂ ਇਹ ਗੱਲਾਂ ਆਪਦੀਆਂ ਪਰਦੇ ਚ ਰੱਖਣੀਆਂ ਚਾਹੀਦੀਆਂ ਆ ਦੇਖੋ ਆਪਾਂ ਮੁੜ ਕੇ ਹੁਣ ਉਹ ਦੇਖੋ ਪਰਿਵਾਰ ਇਕੱਠਾ ਹੋ ਗਿਆ ਬਹੁਤ ਹੀ ਚੰਗਾ ਆ ਬਹੁਤ ਹੀ ਚੰਗਾ ਲੱਗਦਾ ਇਕੱਠੇ ਹੋ ਗਏ ਜਿਹੜੀ ਇਹ ਬਦਨਾਮੀ ਲੱਗੀ ਆ ਕਾਲਕ ਲੱਗੀ ਆ ਇਹ ਤਾਂ ਨੀ ਰਣਜੀਤ ਜੀ ਲਿਥਣੀ ਇਹ ਤਾਂ ਸਦੀਆਂ ਵਾਸਤੇ ਰਹਿ ਗਈ ਗੱਲ ਬਿਲਕੁਲ ਇਸ ਕਰਕੇ ਅਸੀਂ ਕਹਿੰਦੇ ਆਉਂਦੀ ਪੀੜ੍ਹੀ ਨੂੰ ਸਮਝਾ ਰਹੇ ਹਾਂ ਕਿ ਏਦਾਂ ਦੀਆਂ ਗੱਲਾਂ ਨੂੰ ਅੰਦਰ ਅੰਦਰ ਹੀ ਰੱਖੋ ਬਾਹਰ ਨਾ ਤੀਸਰੇ ਬੰਦੇ ਦੇ ਕੰਨ ਚ ਪੈਣ ਦਿਓ ਨਾ ਰਿਸ਼ਤੇਦਾਰ ਨੂੰ ਕੰਨ ਚ ਪੈਣ ਦਿਓ ਦੇਖੋ ਘਰ ਚ ਕਿਹਦੇ ਨੀ ਲੜਾਈ ਹੁੰਦੀ ਕਿਹੜਾ ਨੀ ਆ ਜੇ ਕਿਸੇ ਨਾ ਕੋਈ ਹਾਸਾ ਮਖੌਲ ਕਰ ਲਿਆ ਤਾਂ ਮਤਲਬ ਉਹ ਗਲਤ ਕੰਮ ਹੋ ਗਿਆ ਬਿਲਕੁਲ ਇਹ ਲੰਮੀ ਸੋਚੋ ਹੱਸਣ ਖੇਲਣ ਚ ਕੋਈ ਗੱਲ ਕਹਿਣ ਚ ਕੋਈ ਕੋਈ ਬਦਨਾਮ ਨੀ ਹੁੰਦਾ ਜਦੋਂ ਤੁਸੀਂ ਓਵਰ ਪਾਣੀ ਕਹਿੰਦੇ ਘੜਾ ਭਰ ਕੇ ਬਾਹਰ ਨੂੰ ਡੁੱਲਦਾ ਆ ਨਾ ਉਦੋਂ ਆਣ ਕੇ ਬੰਦੇ ਦੀ ਬਦਨਾਮੀ ਹੁੰਦੀ ਹੈ ਉਸ ਘੜੇ ਨੂੰ ਭਰ ਨਾ ਦਿਓ ਉਹਨੂੰ ਖਾਲੀ ਕਰੋ ਬਿਲਕੁਲ ਜੀ ਬਿਲਕੁਲ ਕਿਉਂਕਿ ਆਪਣਾ ਟਾਈਮ ਵੀ ਜਿਹੜਾ ਹੈਗਾ ਬਹੁਤ ਤੇਜ਼ੀ ਦੇ ਨਾਲ ਸਮਾਪਤੀ ਵੱਲ ਨੂੰ ਵੱਧਦਾ ਜਾ ਰਿਹਾ ਹੈਗਾ ਇਹ ਜਿਹੜੇ ਇਹ ਗੱਲਾਂ ਕੀਤੀਆਂ ਨੇ ਅਸੀਂ ਜਾਂ ਅਸੀਂ ਆਪਣੇ ਵਿਊ ਦਿੱਤੇ ਨੇ ਤੁਹਾਨੂੰ ਇਹਨੂੰ ਮੰਨਣਾ ਜਾਂ ਇਹਦੇ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਆਪ ਹਰੇਕ ਬੰਦੇ ਨੂੰ ਇਹ ਸੁਖਵਿੰਦਰ ਜੀ ਦਿਮਾਗ ਦਿੱਤਾ ਹੋਇਆ ਉਸ ਪਰਮਾਤਮਾ ਨੇ ਆਪਣਾ ਦਿਮਾਗ ਯੂਜ਼ ਕਰੋ ਨਾ ਕਿ ਕਿਸੇ ਦੂਸਰੇ ਦਾ ਜੇ ਕਿਸੇ ਦੂਸਰੇ ਦਾ ਹੀ ਦਿਮਾਗ ਯੂਜ਼ ਕਰਨਾ ਹੁੰਦਾ ਨਾ ਤਾਂ ਫਿਰ ਲੋਕਾਂ ਦਿਮਾਗ ਜਿਹੜੇ ਹੈਗੇ ਨੇ ਨਾ ਪਰਮਾਤਮਾ ਨੇ ਦਰਖਤ 'ਤੇ ਲਾਏ ਹੁੰਦੇ ਕਿ ਤੋੜੋ ਅਤੇ ਉਹਨੂੰ ਯੂਜ਼ ਕਰੋ ਜਿੱਦਾਂ ਅਸੀਂ ਫਲ ਖਾ ਲੈਂਦੇ ਹਾਂ ਅਤੇ ਫਲ ਦਾ ਜਿਹੜਾ ਅਸਰ ਨਿਕਲਦਾ ਉਹ ਅੰਦਰ ਨਿਕਲਦਾ ਮੁੜ ਕੇ ਵੇਸਟਿੰਗ ਬਾਹਰ ਨਿਕਲ ਜਾਂਦੀ ਹੈ ਇੱਦਾਂ ਨਾਸ ਕਰੋ ਕਿ ਜਿਹੜਾ ਹੈਗਾ ਪਰਮਾਤਮਾ ਦੀ ਦਿੱਤੀ ਹੋਈ ਚੀਜ਼ ਜਿਹੜੀ ਹੈਗੀ ਨਾ ਉਹਨੂੰ ਉਹਦਾ ਸਹੀ ਇਸਤੇਮਾਲ ਕਰੋ ਪਰਿਵਾਰਾਂ ਦੇ ਵਿੱਚ ਠੀਕ ਹੈ ਮਾੜਾ ਮੋਟਾ ਜੋ ਕੁਛ ਹੁੰਦਾ ਹੁੰਦਾ ਸਾਰੇ ਪਾਸੇ ਇਹੀ ਹੁੰਦਾ ਆ ਇਹ ਨਹੀਂ ਮੈਂ ਕਹਾਂਗਾ ਕਿ ਮੇਰੇ ਘਰ ਨਹੀਂ ਹੁੰਦਾ ਅਤੇ ਤੁਹਾਡੇ ਘਰ ਹੁੰਦਾ ਤੁਹਾਡੇ ਘਰ ਨਹੀਂ ਹੁੰਦਾ ਅਤੇ ਮੇਰੇ ਘਰ ਹੁੰਦਾ ਇਹ ਹਰੇਕ ਦੇ ਘਰ ਹੈ ਇਸ ਨੂੰ ਇਹ ਚੀਜ਼ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੋ ਕਿ ਇਹ ਗੱਲਾਂ ਜਿਹੜੀਆਂ ਹੈਗੀਆਂ ਬਾਹਰ ਨਾ ਨਿਕਲੇ ਦੋ ਚੀਜ਼ ਦੋ ਦੋ ਕੀ ਕਹਿੰਦੇ ਨੇ ਆਪਸ ਦੇ ਵਿੱਚ ਹਸਬੈਂਡ ਵਾਈਫ ਤੋਂ ਗੱਲਾਂ ਜਿਹੜੀਆਂ ਤੀਸਰੀਆਂ ਜਿਹੜੀਆਂ ਹੈਗੀਆਂ ਨੇ ਇੱਥੇ ਤੱਕ ਗੱਲ ਕਿ ਬੱਚਿਆਂ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ ਬੱਚਿਆਂ ਦੀ ਵੀ ਇਨਵੋਲਵਮੈਂਟ ਵਿੱਚ ਨਹੀਂ ਹੋਣੀ ਚਾਹੀਦੀ ਇਹਨਾਂ ਚੀਜ਼ਾਂ ਦੇ ਵਿੱਚ ਅਤੇ ਤੀਸਰੇ ਪਰਸਨ ਦੀ ਤਾਂ ਗੱਲ ਹੀ ਜਿਹੜੀ ਹੈਗੀ ਦੂਰ ਦੀ ਹੋਣੀ ਚਾਹੀਦੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈਗਾ ਸਾਡੀਆਂ ਗੱਲਾਂ ਨਾਲ ਭਾਵੇਂ ਸਹਿਮਤ ਹੋਵੋ ਜਾਂ ਨਾ ਹੋਵੋ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈਗਾ ਪਰ ਅਸੀਂ ਜੋ ਸਾਡੇ ਦਿਲ ਦਿਮਾਗ ਦੇ ਵਿੱਚ ਗੱਲ ਆਈ ਹੈ ਅਸੀਂ ਆਪਣੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਹਿਮਤ ਹੋਵੋ ਸਾਡੀਆਂ ਗੱਲਾਂ ਦੇ ਨਾਲ ਤੁਸੀਂ ਸਹਿਮਤੀ ਜਿਤਾਓ ਪਰ ਜੇ ਤੁਹਾਨੂੰ ਕਿਤੇ ਨਾ ਕਿਤੇ ਕੋਈ ਚੀਜ਼ ਦੀ ਕਮੀ ਨਜ਼ਰ ਆ ਰਹੀ ਆ ਆਪਣੇ ਕਮੈਂਟਾਂ ਜ਼ਰੀਏ ਜ਼ਰੂਰ ਦੱਸਣ ਦੀ ਜਿਹੜੀ ਹੈਗੀ ਖੇਚਲ ਕਰਨੀ ਤਾਂ ਜੋ ਸਾਨੂੰ ਵੀ ਤੁਹਾਡੀ ਜਿਹੜੀ ਹੈਗੀ ਆ ਪਤਾ ਲੱਗ ਸਕੇ ਕਿ ਤੁਹਾਡੀ ਸੋਚ ਕਿੱਥੇ ਆ ਤੁਸੀਂ ਕੀ ਸੋਚਦੇ ਹੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਪ੍ਰੋਗਰਾਮ ਦੇ ਵਿੱਚ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਲਫ਼ਜ਼ ਨਿਕਲ ਗਿਆ ਹੋਵੇ ਸਾਡੇ ਦੋਨਾਂ ਕੋਲ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਅਤੇ ਇਸੇ ਹੀ ਉਮੀਦ ਨਾਲ ਤੁਹਾਨੂੰ ਇੱਥੇ ਛੱਡ ਕੇ ਜਾਂਦੇ ਹਾਂ ਕਿ ਅਗਲੇ ਕਿਸੇ ਪ੍ਰੋਗਰਾਮ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ